ਪੰਜਾਬੀ ਦੇਖਦੇ ਸਾਰੇ ਦਰਸ਼ਕਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਮੈਂ ਹਾਂ ਆਸ਼ਮਿਤਾ ਐਂਡ ਤੁਸੀਂ ਵੇਖ ਰਹੇ ਹੋ ਲਾਅ ਗਾਈਡ ਲਾਈਵ ਵਿਦ ਅਟਰਨੀ ਜਸਪ੍ਰੀਤ ਸਿੰਘ, ਜੋ ਸਾਨੂੰ ਜੁਆਇਨ ਕਰ ਰਹੇ ਹੈ ਕੈਲੀਫੋਰਨੀਆ ਤੋਂ। ਜਸਪ੍ਰੀਤ ਜੀ, ਤੁਹਾਡਾ ਪ੍ਰੋਗਰਾਮ ਦੇ ਵਿੱਚ ਸਵਾਗਤ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਸਤਿ ਸ਼੍ਰੀ ਅਕਾਲ ਜਸਪ੍ਰੀਤ ਜੀ। ਲੀਗਲ ਅਪਡੇਟਸ ਨੂੰ ਲੈ ਕੇ ਇੰਨੀ ਜ਼ਿਆਦਾ ਸਟੋਰੀਜ਼ ਨਿਕਲੀਆਂ ਪਿਛਲੇ ਹਫ਼ਤੇ ਵਿੱਚ, ਪਿਛਲੇ ਦੋ ਤਿੰਨ ਦਿਨਾਂ 'ਚ ਹੀ ਆਪਾਂ ਗੱਲ ਕਰ ਲੈਂਦੇ ਹਾਂ ਉਹਨਾਂ ਦੀ। ਖਾਸ ਕਰ ਪ੍ਰੈਜ਼ੀਡੈਂਟ ਟਰੰਪ ਦੀ ਐਡਮਿਨਿਸਟ੍ਰੇਸ਼ਨ ਵੱਲੋਂ ਕੁਛ ਅਪਡੇਟਸ, ਜੋ ਨਾ ਕਿ ਸਿਰਫ ਇਮੀਗ੍ਰੇਸ਼ਨ ਬਟ ਵਰਕ ਵੀਜ਼ਾਸ 'ਤੇ ਲਾਗੂ ਹੁੰਦੀਆਂ। ਅਤੇ ਮੈਂ ਬਿਨਾਂ ਕੋਈ ਟਾਈਮ ਵੇਸਟ ਕਰਦੇ ਹੋਏ ਰਿਕੁਐਸਟ ਕਰਾਂਗੀ ਕਿ ਤੁਸੀਂ ਸਭ ਤੋਂ ਪਹਿਲੇ ਸਾਨੂੰ ਉਹ ਅਪਡੇਟਸ ਦਿਓ ਜੋ ਪਿਛਲੇ ਕੁਛ ਰੀਸੈਂਟ ਦਿਨਾਂ ਵਿੱਚ ਇਸ ਐਡਮਿਨਿਸਟ੍ਰੇਸ਼ਨ ਵੱਲੋਂ ਨਿਕਲੀ ਹੈ। ਇੱਕ ਤਾਂ ਸਾਰਿਆਂ ਤੋਂ ਪਹਿਲਾਂ ਤਾਂ ਇਹ ਦੱਸਦਾ ਵੀ ਜਿਹੜੇ ਇਮੀਗ੍ਰੇਸ਼ਨ ਕੋਟਾ ਨੇ ਜੀ, ਜਿੱਥੇ ਕਿ ਜ਼ਿਆਦਾ ਪੋਲੀਟੀਕਲ ਅਸਾਇਲਮ ਦੇ ਕੇਸ ਚੱਲਦੇ ਆ ਜੀ, ਤੇ ਉਹਨਾਂ ਜਿਹੜੀਆਂ ਨਾਨ ਡਿਟੇਨਡ ਹੀਅਰਿੰਗਸ ਨੇ ਉਹ ਕੁਝ ਕੋਟਾ ਨੂੰ ਛੱਡ ਕੇ, ਜਿਵੇਂ ਬੋਸਟਨ ਦੀ ਕੋਰਟ ਹੋ ਗਈ, ਨਿਊ ਆਰਲੀਨ ਦੀ ਹੋ ਗਈ, ਤੇ ਇੱਦਾਂ ਦੀਆਂ ਜਿਹੜੀਆਂ ਕੁਝ ਕੋਟਾ ਨੂੰ ਛੱਡ ਕੇ ਬਾਕੀ ਜਿਹਨਾਂ ਵਿੱਚ ਨਿਊਯਾਰਕ ਵੀ ਆਉਂਦਾ, ਨਿਊ ਜਰਸੀ ਆਉਂਦਾ, ਕੈਲੀਫੋਰਨੀਆ ਆਉਂਦਾ, ਜਿੱਥੇ ਆਪਣੇ ਪੰਜਾਬੀਆਂ ਦੀ ਵਸੋਂ ਜ਼ਿਆਦਾ, ਉਹਨਾਂ ਸਾਰਿਆਂ ਦੇ ਵਿੱਚ ਜਿਹੜੇ ਨਾਨ ਡਿਟੇਨਡ ਕੇਸਿਸ ਨੇ ਉਹਨਾਂ ਦੀਆਂ ਹੀਅਰਿੰਗਸ 10 ਜੁਲਾਈ ਤੱਕ ਪੋਸਟਪੋਨ ਹੋ ਗਈਆਂ ਜੀ। ਸੋ ਜਿਨ੍ਹਾਂ ਦੇ ਕੇਸ 10 ਜੁਲਾਈ ਤੱਕ ਕੋਰਟ ਦੇ ਵਿੱਚ ਸੀਗੇ ਜਾਂ ਹੀਅਰਿੰਗ ਡੇਟਾ ਸੀ, ਕਿਸੇ ਦੀ ਮਾਸਟਰ ਸੀ, ਕਿਸੇ ਦੀ ਇੰਡੀਵਿਜੁਅਲ ਸੀ, ਖਾਸ ਕਰਕੇ ਇਹਨਾਂ ਸਟੇਟਾਂ 'ਚ ਕੈਲੀਫੋਰਨੀਆ ਜਾਂ ਨਿਊਯਾਰਕ 'ਚ, ਤੇ ਉਹ ਜਿਹੜੀਆਂ ਸਾਰੀਆਂ ਡੇਟਾ ਜਿਹੜੀਆਂ ਅਪ ਟੂ 10 ਜੁਲਾਈ ਪੋਸਟਪੋਨ ਹੋ ਗਈਆਂ, ਤੇ ਉਹ ਹੁਣ ਦੁਬਾਰਾ ਡੇਟਾ ਉਹਨਾਂ ਨੂੰ ਮੇਲ 'ਚ ਨਵੀਂ ਆਉਣਗੀਆਂ। ਤੇ ਜਿਹੜੇ USCIS ਦੇ ਆਫਿਸ ਨੇ ਉਹ ਓਪਨ ਹੋ ਗਏ ਆ ਜਿਹੜੇ 4 ਜੂਨ ਤੋਂ, ਤੇ ਉਹ ਫਿਰ ਸਾਰਾ ਜਿਹੜਾ ਮਤਲਬ ਇੰਟਰਵਿਊਜ਼ ਵਗੈਰਾ ਜਿਹੜੀਆਂ ਹੁੰਦੀਆਂ, ਸਿਟੀਜ਼ਨਸ਼ਿਪ ਦੀਆਂ, ਨੈਚੁਰਲਾਈਜੇਸ਼ਨ ਜਿਹਨੂੰ ਆਪਾਂ ਕਹਿੰਦੇ ਹਾਂ, ਤੇ ਉਸ ਤੋਂ ਇਲਾਵਾ ਜਿਹੜੀਆਂ ਹੁੰਦੀਆਂ ਗ੍ਰੀਨ ਕਾਰਡ ਦੀਆਂ ਇੰਟਰਵਿਊਜ਼ ਵਗੈਰਾ, ਈਵਨ ਅਸਾਇਲਮ ਆਫਿਸ ਦੀਆਂ ਇੰਟਰਵਿਊਜ਼, ਉਹ ਸ਼ੁਰੂ ਹੋ ਗਈਆਂ ਨੇ, ਪਰ ਉੱਥੇ ਸੋਸ਼ਲ ਡਿਸਟੈਂਸਿੰਗ ਨਾਲ ਮਤਲਬ ਉਹ ਕਰਦੇ ਆ ਜੀ। ਤੇ ਜਿਹੜੀ ਰਹੀ ਗੱਲ ਜਿਹੜੀਆਂ ਹੁਣ ਨਿਊਜ਼ ਆ ਰਹੀਆਂ ਨੇ, ਉਹਦੇ ਵਿੱਚ ਆਪਾਂ ਲਾਸਟ ਵਾਰੀ ਗੱਲ ਕੀਤੀ ਸੀਗੀ ਕਿ 2 ਸੁਪਰੀਮ ਕੋਰਟ ਦੇ ਡਿਸੀਜਨ ਆਏ ਸੀ ਪਿਛਲੇ ਜਿਹੜੇ ਮੰਡੇ ਆਪਾਂ ਡਿਸਕਸ ਕੀਤੇ ਆ, ਜਿਹੜੇ ਕਿ ਕਾਫੀ ਜ਼ਿਆਦਾ ਆਮ ਲੋਕਾਂ ਦੇ ਹੱਕ 'ਚ ਸੀਗੇ, ਤੇ ਤੀਜਾ ਡਿਸੀਜਨ ਜਿਹੜਾ ਆਇਆ ਉਹ ਥਰਸਡੇ ਆਇਆ, ਤੇ ਉਹ ਹੈਗਾ ਡਾਕਾ ਬਾਰੇ, ਤੇ ਆਪਾਂ ਇਹਦੇ ਪ੍ਰੋਗਰਾਮ ਵੀ ਕੀਤਾ ਸੀ ਥਰਸਡੇ, ਤੇ ਉਹਦੇ ਵਿੱਚ ਬੇਸਿਕਲੀ ਸੁਪਰੀਮ ਕੋਰਟ ਨੇ ਇਹ ਕਿਹਾ ਕਿ ਜਿਹੜਾ ਇਹਨਾਂ ਨੇ 2017 ਦੇ ਵਿੱਚ ਮਤਲਬ ਟਰੰਪ ਐਡਮਿਨਿਸਟ੍ਰੇਸ਼ਨ ਨੇ ਐਂਡ ਕਰਤਾ ਸੀ ਡਾਕਾ ਪ੍ਰੋਗਰਾਮ ਨੂੰ, ਡਾਕਾ ਪ੍ਰੋਗਰਾਮ ਉਹ ਆ ਜਿਹਦੇ ਵਿੱਚ ਜਿਹੜੇ ਅਨਡਾਕੂਮੈਂਟਡ ਬੱਚੇ ਆਏ ਆ ਇੱਥੇ ਉਹਨਾਂ ਨੂੰ ਵਰਕ ਪਰਮਿਟ ਮਿਲਦੇ ਆ 2 ਸਾਲ ਦੇ, ਤੇ ਉਹਨਾਂ ਨੇ ਤੇ ਉਦੋਂ ਬਾਅਦ ਕੈਲੀਫੋਰਨੀਆ ਦੀ ਇੱਕ ਕੋਰਟ ਨੇ 2018 'ਚ ਉਹਨੂੰ ਬਲੌਕ ਕਰਤਾ ਸੀਗਾ, ਤੇ ਸੁਪਰੀਮ ਕੋਰਟ ਨੇ ਕਿਹਾ ਵੀ ਉਹ ਜਿਹੜਾ ਟਰੰਪ ਐਡਮਿਨਿਸਟ੍ਰੇਸ਼ਨ ਹੈਗੀ ਆ ਇਹਨੂੰ ਇੱਦਾਂ ਆਪਣੇ ਆਪ ਇੱਕ ਤਰਫਾ ਐਂਡ ਨਹੀਂ ਕਰ ਸਕਦੀ ਰੂਲਸ ਫੋਲੋ ਕੀਤੇ ਬਿਨਾਂ, ਜਿਹੜਾ ਪ੍ਰੋਪਰ ਲੀਗਲ ਪ੍ਰੋਸੀਜਰ ਆ ਉਹਨੂੰ ਫੋਲੋ ਨਹੀਂ ਕੀਤਾ ਗਿਆ, ਇੱਕ ਐਕਟ ਬਣਿਆ ਹੋਇਆ ਜਿਹਦੇ ਅੰਡਰ ਕਿ ਫੋਲੋ ਹੋਣਾ ਚਾਹੀਦਾ। ਇਹਨਾਂ ਨੇ ਮਤਲਬ ਸੁਪਰੀਮ ਕੋਰਟ ਨੇ ਕਿਹਾ ਕਿ ਜਿਹੜੀ ਇਹਨਾਂ ਦੀ ਨੀਤੀ ਆ ਕਿ ਜਿਹੜੀ ਇਮੀਗ੍ਰੇਸ਼ਨ ਨੂੰ ਘਟਾਉਣਾ ਹੈ ਜਾਂ ਸਦਰਨ ਬਾਰਡਰ ਤੋਂ ਜਿਹੜੀ ਇਮੀਗ੍ਰੇਸ਼ਨਾਂ ਨੂੰ ਬੰਦ ਕਰਨਾ ਹੈ ਜਾਂ ਜਿਹੜੀ ਹੈਗੀ ਆ ਇਮੀਗ੍ਰੈਂਟਸ ਦੀ ਅਮੈਰੀਕਾ ਦੇ ਵਿੱਚ ਜਿਹੜੀ ਆਪਾਂ ਕਹਿੰਦੇ ਹਾਂ ਵੈਲਕਮ ਨੇ, ਉਹ ਉਹਦੇ ਅਗੇਂਸਟ ਨੇ, ਅਤੇ ਉਹਦੇ ਕਰਕੇ ਫਿਰ ਇਹ ਉਹਦਾ ਹੀ ਹਿੱਸਾ। ਸੋ ਉਸ ਕਰਕੇ ਉਹਨਾਂ ਨੇ ਕਿਹਾ ਵੀ ਪ੍ਰੋਪਰ ਪ੍ਰੋਸੀਜਰ ਫੋਲੋ ਨਹੀਂ ਹੋਇਆ, ਜੇ ਐਡਮਿਨਿਸਟ੍ਰੇਸ਼ਨ ਇਸ ਚੀਜ਼ ਨੂੰ ਬੰਦ ਕਰਨਾ ਚਾਹੁੰਦੀ ਆ by following the proper procedure ਤਾਂ ਉਹ ਮਤਲਬ ਕਰ ਸਕਦੀ ਆ। ਤੇ ਉਸ ਤੋਂ ਬਾਅਦ ਪ੍ਰੈਜ਼ੀਡੈਂਟ ਟਰੰਪ ਨੇ ਵੀ ਟਵੀਟ ਕਰਕੇ ਕਿਹਾ ਵੀ ਹਾਂ ਅਸੀਂ ਹੁਣ ਇਹਨੂੰ ਹੋਰ ਤਰੀਕੇ ਨਾਲ ਵੀ ਜ਼ਿਆਦਾ ਜਿਹੜਾ ਹੈਗਾ ਮਤਲਬ ਫੋਲੋ ਕਰਕੇ ਜੋ ਵੀ ਹੈਗੀਆਂ ਸੁਪਰੀਮ ਕੋਰਟ ਦੀਆਂ ਮਤਲਬ ਗਾਈਡਲਾਈਨਸ ਉਹਦੇ ਅੰਡਰ ਦੁਬਾਰਾ ਇਹਨੂੰ ਬੰਦ ਕਰਨ ਦਾ ਜਿਹੜਾ ਟਰਾਈ ਕਰਾਂਗੇ। ਉਹ ਹੁਣ ਦੇਖਦੇ ਹਾਂ ਕਿ ਇਲੈਕਸ਼ਨ ਤੋਂ ਪਹਿਲਾਂ ਕਰਦੇ ਆ, ਜੇ ਕਰਨਗੇ ਸ਼ਾਇਦ ਮਤਲਬ ਕੋਈ ਕੋਰਟ ਨੂੰ ਵੀ ਬਲੌਕ ਕਰ ਦੇਗੀ ਕਿਉਂਕਿ ਲਿਟੀਗੇਸ਼ਨ ਦੇ ਵਿੱਚ ਤਾਂ ਜਾਏਗਾ ਹੀ। ਉਸ ਤੋਂ ਇਲਾਵਾ ਜਿਹੜਾ ਅੱਜ ਜਿਵੇਂ ਆਪਾਂ ਪਿਛਲੇ ਵੀਕਸ ਤੋਂ ਦੱਸਦੇ ਆ ਰਹੇ ਹਾਂ ਕਿ ਜਿਹੜੇ ਇਹਨਾਂ ਨੇ ਪਹਿਲਾਂ ਇਮੀਗ੍ਰੇਸ਼ਨ ਬੈਨ ਲਾਇਆ ਸੀਗਾ 2 ਮਹੀਨਿਆਂ ਦਾ, ਤੇ ਉਹ ਖਤਮ ਹੋਣਾ ਸੀ ਜੂਨ ਦੇ ਐਂਡ 'ਚ ਜੀ, ਤੇ ਉਹਦੇ ਨਾਲ ਨਾਲ ਜਿਹੜੇ ਨਾਨ ਇਮੀਗ੍ਰੈਂਟ ਵੀਜ਼ਾਸ ਨੇ ਜਿਨ੍ਹਾਂ ਵਿੱਚ ਆ ਜਾਂਦਾ H1 ਵੀਜ਼ਾ ਜੀ, ਜਿਹੜਾ J ਵੀਜ਼ਾ ਉਹ ਆ ਜਾਂਦਾ, L1 ਵੀਜ਼ਾ ਆ ਜਾਂਦਾ, ਸਟੂਡੈਂਟ ਵੀਜ਼ਾ ਆ ਜਾਂਦਾ ਜੀ, ਤੇ ਇਹ ਜਿਹੜੇ ਇਸ ਕਿਸਮ ਦੇ ਵੀਜ਼ੇ ਨੇ ਸਾਰੇ ਨਾਨ ਇਮੀਗ੍ਰੈਂਟ ਆ, ਉਹਨਾਂ ਬਾਰੇ ਇਹਨਾਂ ਨੇ ਕਿਹਾ ਸੀ ਕਿ ਅਸੀਂ ਨਵੀਂ ਗਾਈਡਲਾਈਨਸ ਜਾਰੀ ਕਰਾਂਗੇ ਜੀ। ਉਹ ਹੁਣ ਖਬਰਾਂ ਦੇ ਵਿੱਚ ਆਇਆ ਤੇ ਜੋ ਕਿ ਅੱਜ ਦੀ ਨਿਊਜ਼ 'ਚ ਹੀ ਆ ਕਿ ਇਹਨਾਂ ਨੇ ਜਿਹੜੀ ਹੈਗੀ ਆ ਮਤਲਬ ਉਹ ਜਾਰੀ ਕਰਤੀਆਂ ਨੇ, ਤੇ ਹੁਣੇ ਦੇਖਣ ਹੁਣੇ ਜਾਂ ਤਾਂ ਐਗਜ਼ੈਕਟਿਵ ਆਰਡਰ ਕਰਨਗੇ, ਹੁਣੇ ਦੇਖ ਰਹੇ ਵੀ ਕਿਸ ਤਰ੍ਹਾਂ ਉਹਨੂੰ ਲਾਗੂ ਕਰਨਾ, ਪਰ ਇਹਨਾਂ ਨੇ ਆਪਣਾ ਸਾਰਾ ਜਿਹੜਾ ਉਹ ਪਲਾਨ ਹੈਗੀ ਉਹ ਤਿਆਰ ਕਰ ਲਈ ਐਡਮਿਨਿਸਟ੍ਰੇਸ਼ਨ ਨੇ, ਤੇ ਉੱਥੇ ਹੁਣੇ ਵਿਦਇਨ ਅ ਫਿਊ ਡੇਜ਼ ਜਾਂ ਤਾਂ ਐਗਜ਼ੈਕਟਿਵ ਆਰਡਰ ਹੋਏਗਾ ਜਾਂ ਪ੍ਰੋਕਲੇਮੇਸ਼ਨ ਹੋਏਗੀ, ਕਿੱਦਾਂ ਕਰਨਗੇ ਉਹ ਦੱਸਣਗੇ। ਇੱਕ ਤਾਂ ਇਹ ਕਰ ਰਹੇ ਆ
ਕਿ ਜਿਹੜਾ ਉਹ ਇਮੀਗ੍ਰੇਸ਼ਨ ਬੈਨ ਸੀਗਾ ਜਿਹੜਾ ਕਿ ਜੂਨ ਦੇ ਐਂਡ 'ਚ ਖਤਮ ਹੋਣਾ ਸੀ ਉਹਨੂੰ ਇਹ ਦਸੰਬਰ ਦੇ ਐਂਡ ਤੱਕ ਐਕਸਟੈਂਡ ਕਰ ਰਹੇ ਆ ਕਿ ਜਿਹੜੀਆਂ ਉਹ ਸਾਰੀਆਂ ਕੈਟਾਗਰੀਆਂ ਸੀ ਜਿਨ੍ਹਾਂ ਵਿੱਚ ਆ ਜਾਂਦੇ ਆ ਗ੍ਰੀਨ ਕਾਰਡ ਹੋਲਡਰ ਦੇ ਹਸਬੈਂਡ ਵਾਈਫ ਤੇ ਬੱਚੇ ਜੀ, ਗ੍ਰੀਨ ਕਾਰਡ ਹੋਲਡਰਸ ਦੇ 21 ਸਾਲ ਤੋਂ ਜਿਹੜੇ ਉੱਪਰ ਏਜ ਜਿਹੜੇ ਅਨਮੈਰਿਡ ਬੱਚੇ ਤੇ ਸਿਟੀਜ਼ਨਸ ਦੇ ਪੇਰੈਂਟ ਜਿਵੇਂ ਆਪਣੇ ਸਿਟੀਜ਼ਨ ਮਾਂ ਬਾਪ ਦਾ ਕਰਦੇ ਆ ਤੇ ਸਿਟੀਜ਼ਨ ਦੇ ਮੈਰਿਡ ਬੱਚੇ ਤੇ ਅਨਮੈਰਿਡ ਬੱਚੇ 21 ਸਾਲ ਤੋਂ ਉੱਪਰ ਜਿਹੜੀਆਂ ਇਹ ਕੈਟਾਗਰੀਜ਼ ਨੇ ਇਹਨਾਂ ਤੇ ਉਹ ਬੈਨ ਸੀਗਾ ਤੇ ਉਹ ਬੈਨ ਦਸੰਬਰ ਤੱਕ ਐਕਸਟੈਂਡ ਐਡਮਿਨਿਸਟ੍ਰੇਸ਼ਨ ਕਰ ਰਹੀ ਹੈ ਜੀ। ਤੇ ਦੂਸਰਾ ਜਿਹੜੇ ਨੌਨ ਇਮੀਗ੍ਰੈਂਟ ਵੀਜ਼ੇ ਨੇ ਜਿਨ੍ਹਾਂ ਬਾਰੇ ਆਪਾਂ ਅੱਗੇ ਮਤਲਬ ਗੱਲ ਕਰਦੇ ਰਹੇ ਹਾਂ ਪ੍ਰੋਗਰਾਮਾਂ 'ਚ ਵੀ ਕੁਛ ਨਾ ਕੁਛ ਹੋਏਗਾ ਉਹਦੇ ਜਿਨ੍ਹਾਂ ਨੇ ਹੁਣ ਜੋ ਕਰ ਰਹੇ ਆ ਉਹ ਇਹ ਕਰ ਰਹੇ ਆ ਵੀ ਜਿਹੜੇ H1 ਹੈਗਾ ਜੇ ਵੀਜ਼ਾ ਆ ਤੇ L1 ਹੈ ਇਹਨਾਂ ਸਾਰਿਆਂ 'ਤੇ ਜਿਹੜੀ ਨਵੇਂ ਬੰਦੇ ਆਉਣਗੇ ਜਿਵੇਂ ਹੁਣ ਕਿਸੇ ਨੇ ਅਪਲਾਈ ਕਰਨਾ ਵੀ ਕਿਸੇ ਕੰਪਨੀ ਨੇ H1 'ਤੇ ਕਿਸੇ ਨੂੰ ਲਿਆਉਣਾ ਜਾਂ ਕਿਸੇ ਨੇ ਜਿਹੜਾ L1 'ਤੇ ਲਿਆਉਣਾ ਜਿਹੜਾ ਇੰਟਰ ਕੰਪਨੀ ਟ੍ਰਾਂਸਫਰੀ ਵੀਜ਼ਾ ਹੁੰਦਾ ਉਹ ਸਾਰੇ ਵੀਜ਼ੇ ਜਿਹੜੇ ਨੇ ਇਹ ਬੰਦ ਕਰ ਰਹੇ ਆ ਤੇ ਉਹ ਬੰਦ ਹੋ ਜਾਣਗੇ ਲੇਕਿਨ ਜਿਹੜੇ ਬੰਦੇ ਅਮਰੀਕਾ ਦੇ ਵਿੱਚ ਮੌਜੂਦ ਨੇ ਜਿਨ੍ਹਾਂ ਕੋਲ ਆਲਰੇਡੀ ਉਹ ਵੀਜ਼ੇ ਹੈਗੇ ਇੱਥੇ ਅਮਰੀਕਾ ਜਿਵੇਂ ਕੋਈ H1 'ਤੇ ਆਲਰੇਡੀ ਹੈਗਾ ਤੇ ਜਾਂ ਕੋਈ L1 'ਤੇ ਹੈਗਾ ਉਹ 'ਤੇ ਇਹਦਾ ਅਸਰ ਨਹੀਂ ਪਏਗਾ ਪਰ ਜਿਹੜੇ ਨਵੇਂ ਬੰਦੇ ਆਉਣਗੇ ਜਿਵੇਂ ਜਿਹੜੀਆਂ ਨਿਊ ਜਿਹੜੀਆਂ ਐਪਲੀਕੇਸ਼ਨਸ ਨੇ ਉਹ ਇਹ ਫਰੀਜ਼ ਕਰ ਦੇਣਗੇ ਤੇ ਉਹਦਾ ਵੀ ਟਾਈਮ ਫਰੇਮ ਹੋਊਗਾ ਵੀ ਕਿੰਨੀ ਦੇਰ ਲਈ ਕਰਨੀਆਂ ਨੇ ਮੇਰਾ ਖਿਆਲ ਚਾਹੇ ਉਹ ਵੀ ਦਸੰਬਰ ਤੱਕ ਹੀ ਹੋਣ ਉਹ ਦੱਸਣਗੇ ਤੇ ਉਹਦੇ ਨਾਲ ਨਾਲ ਜਿਹੜੇ ਮਤਲਬ ਹੋਰ ਕੈਟਾਗਰੀਜ਼ ਨੇ ਵੀ ਜਿਸ ਤਰ੍ਹਾਂ ਵਿਜ਼ਟਰ ਵੀਜ਼ਾ ਵਗੈਰਾ ਹੋ ਗਿਆ ਉਹਨੂੰ ਇਹਨਾਂ ਨੇ ਟੱਚ ਨਹੀਂ ਕੀਤਾ ਅਜੇ ਕਿਉਂਕਿ ਵਿਜ਼ਟਰ ਵੀਜ਼ੇ ਵਾਲਾ ਤਾਂ ਇੱਥੇ ਕੰਮ ਹੀ ਨਹੀਂ ਕਰ ਸਕਦਾ ਆ ਕੇ ਜੀ ਤੇ ਉਹ ਤਾਂ ਇਹ ਦੇਖਦੇ ਨੇ ਵੀ ਕਿ ਉਹਦਾ ਜਿਹੜਾ ਕ੍ਰਾਈਟੇਰੀਆ ਦਾ ਇਹ ਹੁੰਦਾ ਵੀ ਵਾਪਸ ਮੁੜ ਕੇ ਜਾਏਗਾ ਜੀ ਤੇ ਆਹ ਜਿਹੜੀਆਂ ਕੈਟਾਗਰੀਜ਼ ਨੇ ਜਿਹਨਾਂ ਦਾ ਸੰਬੰਧ ਕੰਮ ਨਾਲ ਆ ਉਹਦਾ ਮਤਲਬ ਇਹ ਹੈਗਾ ਕਿ ਜਿਹੜੇ ਅਮਰੀਕਨ ਜਿਹੜੀਆਂ ਮਤਲਬ ਜੌਬਸ ਹੈਗੀਆਂ ਨੇ ਜਿਹੜੇ ਕਿ ਅਮਰੀਕਨ ਸਿਟੀਜ਼ਨ ਕਰਦੇ ਆ ਉਹਨਾਂ ਜੌਬਸ ਨੂੰ ਡਿਸਪਲੇਸ ਨਾ ਕੀਤਾ ਜਾਵੇ ਜੀ। ਬਟ ਜਸਪ੍ਰੀਤ ਜੀ ਇੱਥੇ ਇਹ ਸਵਾਲ ਬਹੁਤ ਵੱਡਾ ਬਣਦਾ ਹੈ ਕਿ ਜੋ ਦੂਜੀ ਸਾਈਡ ਹੈਗੀ ਇਸ ਪੋਲਿਸੀ ਦੀ ਅਨਾਊਂਸਮੈਂਟ ਤੋਂ ਬਾਅਦ ਉਹ ਕਹਿ ਰਹੀ ਹੈ ਕਿ ਇਹ ਜੋ ਜੌਬਾਂ ਹਨ ਖਾਸ ਕਰਕੇ ਜਿੱਥੇ H1B ਵੀਜ਼ਾ ਦੀ ਗੱਲ ਆਉਂਦੀ ਹੈ ਇਹ ਜੋ ਜੌਬਸ ਹਨ ਇਸ ਕਰਕੇ ਲੋਕ ਫੋਰਨ ਕੰਟਰੀਜ਼ ਤੋਂ ਇਮੀਗ੍ਰੈਂਟਸ ਨੂੰ ਬੁਲਾ ਕੇ ਉਹ ਜੌਬਸ ਫਿਲ ਕਰਦੇ ਕਿਉਂਕਿ ਜੋ ਇੱਥੇ ਦੇ ਹੈਗੇ ਸਿਟੀਜ਼ਨਸ ਅਮੈਰੀਕਨਸ ਹੈਗੇ ਉਹ ਉਨ ਜੌਬਸ ਲਈ ਸਹੀ ਨਹੀਂ ਹੈਗੇ ਅਤੇ ਤੁਹਾਨੂੰ ਲੱਗਦਾ ਹੈ ਕਿ ਇਸ ਬੈਨ ਦੇ ਨਾਲ ਜ਼ਿਆਦਾ ਇਫੈਕਟ ਜੌਬਸ 'ਤੇ ਪਏਗਾ ਜਾਂ ਇਹ ਸਿਰਫ ਮਤਲਬ ਇੱਕ ਦਿਖਾਵਾ ਟਾਈਪ ਹੈਗਾ ਐਡਮਿਨਿਸਟ੍ਰੇਸ਼ਨ ਦੇ ਵੱਲੋਂ ਇਹ ਦਿਖਾਉਣ ਲਈ ਕਿ ਦੇਖੋ ਜੀ ਆਪਾਂ ਇਮੀਗ੍ਰੇਸ਼ਨ 'ਤੇ ਕੁਛ ਕਰ ਰਹੇ ਹਾਂ? ਇਹਦਾ ਦੇਖੋ ਇਹਦਾ ਹਿਸਟਰੀ ਪ੍ਰੂਵ ਕਰਦੀ ਆ ਵੀ ਜਿਹੜੇ ਇੱਥੇ ਮਤਲਬ ਬਾਹਰੋਂ ਇਮੀਗ੍ਰੈਂਟ ਆਉਂਦੇ ਆ ਉਹ ਜਿਹੜੇ ਅਮੈਰੀਕਨ ਸਿਟੀਜ਼ਨਸ ਦੀਆਂ ਜੌਬਾਂ ਨੇ ਉਹ ਨਹੀਂ ਲੈਂਦੇ ਬਲਕਿ ਉਹ ਹੈਲਪ ਕਰਦੇ ਆ ਜੌਬ ਕ੍ਰੀਏਸ਼ਨ ਦੇ ਵਿੱਚ। ਜਿਵੇਂ ਹੁਣ H1 ਹੈ ਉਹ ਤਾਂ ਬਹੁਤ ਹਾਈਲੀ ਸਪੈਸ਼ਲਾਈਜ਼ਡ ਹੈ ਫੀਲਡ, ਉਹਨੂੰ ਹੁਣ ਮਤਲਬ ਜਿਹੜਾ ਇੱਥੋਂ ਦਾ ਇੱਕ ਆਮ ਬੰਦਾ ਸਿਟੀਜ਼ਨ ਆ ਹਾਈ ਸਕੂਲ ਪੜ੍ਹਿਆ ਜਾਂ ਕੋਈ ਉਹਦੀ ਕੋਈ ਹੋਰ ਐਜੂਕੇਸ਼ਨ ਆ ਉਹ ਕਿਵੇਂ H1 'ਤੇ ਇੱਕ ਇੰਜੀਨੀਅਰ ਦਾ ਕੰਮ ਕਰ ਲੂਗਾ ਜਾਂ ਇੱਕ ਜਿਹੜਾ ਹੈਗਾ ਮਤਲਬ ਗੂਗਲ ਦੇ ਵਿੱਚ ਜਾਂ ਐਪਲ ਦੇ ਵਿੱਚ ਕੰਮ ਕਰ ਲੂਗਾ, ਠੀਕ ਹੈ ਨਾ? ਸੋ ਉਹਦਾ ਹਾਈਲੀ ਸਪੈਸ਼ਲਾਈਜ਼ਡ ਫੀਲਡ ਆ ਅਤੇ ਉਹ ਉਹੀ ਬੰਦੇ ਕਰ ਸਕਦੇ ਆ ਤੇ ਇਹ ਤਾਂ ਉਹ ਜਿਹੜੀ ਕੰਪਨੀ ਆ ਉਹ ਜਾਣਦੀ ਆ ਬੈਟਰ ਨਾ ਕਿ ਗਵਰਨਮੈਂਟ ਵੀ ਉਹਨੂੰ ਕਿੱਦਾਂ ਦੇ ਇੰਪਲੋਈ ਚਾਹੀਦੇ ਆ ਜੀ। ਸੋ ਇਸ ਕਰਕੇ ਜੇ ਹੁਣ ਉਹ ਕੰਪਨੀ ਨੂੰ ਇੰਪਲੋਈ ਜਿਹੜੇ ਹੈਗੇ ਬਾਹਰੋਂ ਚਾਹੀਦੇ ਨੇ ਜ਼ਿਆਦਾ ਕੁਆਲੀਫਾਈਡ ਤਾਂ ਉਹ ਫਿਰ ਬਾਹਰੋਂ ਮੰਗਾਏਗੀ, ਉਹਨੂੰ ਗਵਰਨਮੈਂਟ ਥੋੜ੍ਹੀ ਕਹਿ ਸਕਦੀ ਆ ਵੀ ਇੱਥੋਂ ਲੈ ਲਾ ਜਿਹੜਾ ਮਰਜ਼ੀ ਮਿਲ ਗਿਆ। ਸੋ ਇਸ ਤਰ੍ਹਾਂ ਨਹੀਂ ਹੋਣਾ ਅਤੇ ਉਹਦਾ ਜਿਹੜਾ ਹੈਗਾ ਨੁਕਸਾਨ ਹੋਏਗਾ। ਅਤੇ ਦੂਜਾ ਇਹ ਆ ਵੀ ਜਿਹੜੇ L1 ਆ ਉਹ ਵੀ ਇਸੇ ਤਰ੍ਹਾਂ ਹੀ ਆ ਕਿਉਂਕਿ L1 ਵੀਜ਼ਾ ਬੇਸਿਕਲੀ ਹੁੰਦਾ ਵੀ ਜਿਹੜੀ ਆਊਟਸਾਈਡ ਕੰਪਨੀ ਆ ਜਿਵੇਂ ਕਿਸੇ ਦੀ ਇੰਡੀਆ 'ਚ ਕੰਪਨੀ ਆ ਜਾਂ ਕਿਸੇ ਹੋਰ ਕੰਟਰੀ 'ਚ ਆ ਉਹ ਇੱਥੇ ਆਪਣਾ ਬਿਜ਼ਨਸ ਐਕਸਪੈਂਡ ਕਰਨਾ ਚਾਹੁੰਦੇ ਆ ਅਤੇ ਉਹ ਆਪਣੀ ਬ੍ਰਾਂਚ ਖੋਲ੍ਹਣਾ ਚਾਹੁੰਦੇ ਆ ਅਤੇ ਉਹਦੀ ਬੇਸ 'ਤੇ ਉਹ ਆਪਣਾ ਕੋਈ ਜਿਹੜਾ ਮਤਲਬ ਮੈਨੇਜਰ ਹੈਗਾ ਉਹਨੂੰ ਇੱਥੇ ਭੇਜਦੇ ਆ ਤਾਂ ਕਿ ਆਪਣਾ ਕੰਮ ਜਿਹੜਾ ਉਹਨਾਂ ਦਾ ਹੈਗਾ ਉਹ ਇੱਥੇ ਬਿਜ਼ਨਸ ਨੂੰ ਐਕਸਪੈਂਡ ਕਰ ਸਕਣ। ਅਤੇ ਉਹ ਹੁਣ ਇੱਥੋਂ ਵਾਲਾ ਬੰਦਾ ਉਹਨਾਂ ਦੀ ਜਿਹੜੀ ਕੰਪਨੀ ਆ ਉਹਨੂੰ ਕੀ ਸਮਝੂਗਾ ਵੀ ਕਿਵੇਂ ਐਕਸਪੈਂਡ ਕਰੂਗਾ? ਉਹਨਾਂ ਨੂੰ ਤਾਂ ਜਿਹੜਾ ਮਤਲਬ ਉੱਥੋਂ ਵਾਲਾ ਬੰਦਾ ਚਾਹੀਦਾ ਜਿਹਨੂੰ ਕਿ ਸਾਰਾ ਇਨ ਐਂਡ ਆਊਟ ਪਤਾ ਹੋਵੇ ਉਹਦਾ, ਠੀਕ ਹੈ? ਇੱਥੋਂ ਵਾਲਾ ਹੋਰ ਇੰਪਲੋਈ ਰੱਖੇ ਜਾ ਸਕਦੇ ਆ, ਮਤਲਬ ਉਹ ਬੰਦਾ ਜਿਹੜਾ ਉੱਥੋਂ ਆਉਂਦਾ ਉਹ ਹੋਰ ਇੰਪਲੋਈ ਹਾਇਰ ਕਰ ਸਕਦਾ ਆਪਣੇ ਨਾਲ, ਪਰ ਬੇਸਿਕਲੀ ਤਾਂ ਜਿਹੜਾ ਮੈਨੇਜਰ ਤਾਂ ਉਹੀ ਹੋਊਗਾ ਨਾ ਜਿਹਨੂੰ ਸਾਰਾ ਪਤਾ ਬਿਜ਼ਨਸ ਦਾ, ਜਿਹਨੂੰ ਪਤਾ ਹੀ ਕੁਛ ਨਹੀਂ ਗਾ ਉਹ ਕਿੱਦਾਂ ਮੈਨੇਜਰ ਲੱਗ ਜੂ ਉਹਦੇ। ਸੋ ਇਸ ਤਰ੍ਹਾਂ ਇਹ ਜਿਹੜੀ ਅਪਰੋਚ ਆ ਇਹਦਾ ਨੁਕਸਾਨ ਅਲਟੀਮੇਟਲੀ ਜਿਹੜਾ ਬਿਜ਼ਨਸ ਨੂੰ ਹੋਏਗਾ ਤੇ ਜਿਹੜੀਆਂ ਅਮਰੀਕਨ ਜੌਬਸ ਨੇ ਉਹਨਾਂ ਨੂੰ ਜ਼ਿਆਦਾ ਅਸਰ ਨਹੀਂ ਪੈਣਾ। ਤੇ ਇਹ ਇਲੈਕਸ਼ਨ ਈਅਰ ਕਰਕੇ ਹੈਗਾ ਕਿਉਂਕਿ ਜਿਹੜੀ ਇਹਨਾਂ ਦੀ ਬੇਸ ਆ ਉਹਨੂੰ ਮਤਲਬ ਖੁਸ਼ ਕਰਨ ਕਰਕੇ ਵੀ ਦੇਖੋ ਜੀ ਅਸੀਂ ਇਮੀਗ੍ਰੇਸ਼ਨ ਘਟਾ ਦਿੱਤੀ, ਪਹਿਲਾਂ ਬਾਰਡਰ ਬੰਦ ਕਰਤਾ, ਜਿਹੜੀ ਹੈਗੀ ਵਾਲ ਬਣਾ ਤੀ, ਹੁਣ ਅਸੀਂ ਜਿਹੜੇ ਨੌਨ ਇਮੀਗ੍ਰੈਂਟ ਵੀਜ਼ੇ ਬਿਲਕੁਲ ਹੀ ਬੰਦ ਕਰਤੇ ਆ, ਦੂਜੇ ਕਰਤੇ ਆ ਤਾਂ ਕਿ ਉਹ ਬੜੇ ਖੁਸ਼ ਹੋਣ ਵੀ ਵਾਜੀ ਵਾ ਇਹ ਅੱਜ ਤੱਕ ਕੋਈ ਨਹੀਂ ਕਰ ਸਕਿਆ ਜਿਹੜਾ ਹੋਇਆ। ਪਰ ਅਲਟੀਮੇਟਲੀ ਇਹਦਾ ਜਿਹੜਾ ਜਿਹੜੇ ਅਮਰੀਕਨ ਬਿਜ਼ਨਸਿਸ ਨੇ ਕੰਪਨੀਜ਼ ਨੇ ਉਹਨਾਂ ਨੂੰ ਨੁਕਸਾਨ ਹੋਏਗਾ ਤਾਂ ਇਸੇ ਕਰਕੇ ਜਿਹੜਾ ਜਿਹੜੇ ਬਿਜ਼ਨਸਿਸ ਨੇ ਉਹ ਕੋਈ ਵੀ ਇਹਦੇ ਹੱਕ ਦੇ ਵਿੱਚ ਨਹੀਂ ਬੋਲਿਆ। ਮਤਲਬ ਅੱਜ ਜੋ ਇਹ ਆਈ ਆ ਨਿਊਜ਼ ਤੇ ਜਿੰਨੇ ਵੀ ਬਿਜ਼ਨਸ
ਦੇ ਮਤਲਬ ਹੈਗੇ ਨੇ ਉਹ ਸਾਰਿਆਂ ਨੇ ਇਹੀ ਗੱਲ ਕਹੀ ਆ ਵੀ ਇਹਦਾ ਬਹੁਤ ਵੱਡਾ ਨੁਕਸਾਨ ਹੋਏਗਾ ਕਿਉਂਕਿ ਇਹਦਾ ਹੁਣ ਸਾਨੂੰ ਪਤਾ ਵੀ ਸਾਡੀ ਰਿਕੁਆਇਰਮੈਂਟ ਕੀ ਆ ਤੇ ਗਵਰਨਮੈਂਟ ਕਿੱਦਾਂ ਕਰ ਸਕਦੀ ਹੈ। ਜੱਜ ਵੀ ਤੁਸੀਂ ਇੱਥੋਂ ਬੰਦੇ ਲੈ ਲਓ ਜੇ ਜਿਹੜੇ ਪਹਿਲਾਂ ਜੋਬ ਦੇ ਦੋ ਇੱਥੋਂ ਦੇ ਜੀ ਬੰਦੇ ਕੁਆਲੀਫਾਈਡ ਹੀ ਨਾ ਹੋਣਗੇ ਉਹਨਾਂ ਨੂੰ ਜੋਬ ਕਿਸ ਤਰ੍ਹਾਂ ਦੇ ਸਕਦੇ ਆ ਉਹ ਜੀ ਬਿਜ਼ਨਸ ਲਈ। ਸੋ ਇਸ ਜੀ ਕਰਕੇ ਇਹਦਾ ਅਲਟੀਮੇਟਲੀ ਤਾਂ ਅਮਰੀਕਾ ਦੀ ਜਿਹੜੀ ਇਕਨੋਮੀ ਆ ਉਹਨੂੰ ਮਤਲਬ ਕੋਈ ਫਾਇਦਾ ਨਹੀਂ ਜੀ ਹੋਣਗੇ। ਜੀ ਜੀ ਜਸਪ੍ਰੀਤ ਜੀ, ਇੱਥੇ ਇੱਕ ਛੋਟੀ ਜਿਹੀ ਬ੍ਰੇਕ ਲਈ ਰੁਕਦੇ ਹਾਂ, ਤੁਸੀਂ ਇਸੇ ਤਰ੍ਹਾਂ ਸਾਡੇ ਨਾਲ ਜੁੜੇ ਰਹੋ। ਅਤੇ ਵਿਊਰਸ, ਤੁਸੀਂ ਵੀ ਜੁੜੇ ਰਹੋ, ਪ੍ਰੋਗਰਾਮ ਬਿਲਕੁਲ ਲਾਈਵ ਆ ਰਿਹਾ। ਤੁਸੀਂ ਸਾਰੀ ਕੋਂਟੈਕਟ ਇਨਫੋਰਮੇਸ਼ਨ ਆਪਣੀ ਸੇਵ ਕਰਕੇ ਜਸਪ੍ਰੀਤ ਜੀ ਨੂੰ ਡਾਇਰੈਕਟਲੀ ਕੋਂਟੈਕਟ ਕਰ ਸਕਦੇ ਹੋ। ਇੱਥੇ ਰੁਕਦੇ ਹਾਂ ਇੱਕ ਛੋਟੀ ਜਿਹੀ ਬ੍ਰੇਕ ਲਈ। ਪ੍ਰੋਗਰਾਮ ਲਾਅ ਗਾਈਡ ਦੇ ਵਿੱਚ ਤੁਹਾਡਾ ਇੱਕ ਵਾਰੀ ਫਿਰ ਸਵਾਗਤ ਹੈ। ਪ੍ਰੋਗਰਾਮ ਬਿਲਕੁਲ ਲਾਈਵ ਜਾ ਰਿਹਾ ਅਤੇ ਸਾਡੇ ਨਾਲ ਜੁੜੇ ਹਨ ਜਸਪ੍ਰੀਤ ਸਿੰਘ, ਅਟਰਨੀ ਐਟ ਲਾਅ ਕੈਲੀਫੋਰਨੀਆ ਤੋਂ। ਜਸਪ੍ਰੀਤ ਜੀ, ਤੁਹਾਡਾ ਪ੍ਰੋਗਰਾਮ ਦੇ ਵਿੱਚ ਇੱਕ ਵਾਰੀ ਫਿਰ ਸਵਾਗਤ। ਜਸਪ੍ਰੀਤ ਜੀ, ਤੁਸੀਂ ਸਾਨੂੰ ਵੱਖ ਵੱਖ ਜੋ ਰੀਸੈਂਟ ਇਮੀਗ੍ਰੇਸ਼ਨ ਨੂੰ ਲੈ ਕੇ ਖਾਸ ਕਰ ਅਪਡੇਟਸ ਹਨ ਯੂਨਾਈਟਿਡ ਸਟੇਟਸ ਗਵਰਨਮੈਂਟ ਵੱਲੋਂ, ਉਹ ਸ਼ੇਅਰ ਕੀਤੀਆਂ। ਬਿਫੋਰ ਮੈਂ ਪੁੱਛਾਂ ਕਿ ਕਿਸ ਤਰ੍ਹਾਂ ਇਹ ਇੰਪੈਕਟ ਕਰੂਗਾ ਜੋ ਵੱਖ ਵੱਖ ਕੇਸਿਸ ਪੈਂਡਿੰਗ ਹੈਗੇ ਆ, ਜੋ ਸਾਡੇ ਵਿਊਅਰਸ ਦੇਖ ਰਹੇ ਉਹਨਾਂ ਦੇ ਸਵਾਲ ਹਨ, ਇੱਕ ਮੈਂ ਸਵਾਲ ਤੁਹਾਡੇ ਤੋਂ ਪੁੱਛਣਾ ਚਾਹੁੰਦੀ ਹਾਂ ਜੋ ਸਾਡੇ ਇੱਕ ਵਿਊਅਰ ਨੇ ਕਾਲ ਕਰਕੇ ਹੁਣੇ ਰੱਖਿਆ। ਉਹਨਾਂ ਦੀ ਕੁਝ ਫੈਮਿਲੀ ਇੰਡੀਆ ਵਿੱਚ ਫਸੀ ਹੋਈ ਹੈ, ਗ੍ਰੀਨ ਕਾਰਡ ਹੋਲਡਰਸ ਉਹ ਹੈਗੇ, ਅਤੇ ਉਹਨਾਂ ਦਾ ਟਾਈਮ ਲਿਮਿਟ ਜੋ ਕਾਫੀ ਕਾਮਨ ਇਨਕੁਇਰੀ ਹੈ ਤੁਹਾਡੇ ਲਈ ਵੀ, ਐਕਸਪਾਇਰ ਹੋਣ ਜਾ ਰਹੀ ਹੈ। ਅਤੇ ਜਦੋਂ ਉਹਨਾਂ ਨੇ ਕੋਂਟੈਕਟ ਕੀਤਾ, ਉਹਨਾਂ ਨੂੰ ਦੱਸਿਆ ਗਿਆ ਕਿ ਤੁਸੀਂ ਮੁੰਬਈ ਜਾਓ ਜਾਂ ਵੇਟ ਕਰੋ। ਕੋਈ ਹੋਰ ਇਹਦੇ ਇਸ ਸਿਚੁਏਸ਼ਨ ਦੇ ਵਿੱਚ ਜ਼ਰੀਆ ਹੈਗਾ ਲੋਕਾਂ ਲਈ ਆਪਣੀ ਫੈਮਿਲੀਜ਼ ਨੂੰ, ਖਾਸ ਕਰਕੇ ਜੋ ਜਿਨ੍ਹਾਂ ਦੀ ਗ੍ਰੀਨ ਕਾਰਡ ਐਪਲੀਕੇਸ਼ਨ ਹਨ ਉਹਨਾਂ ਦੀ ਟਾਈਮ ਲਿਮਿਟ ਸੈੱਟ ਹੋਈ ਹੈ, ਇਸ ਵੇਲੇ ਆਪਣੇ ਆਪ ਨੂੰ ਉਸ ਟਾਈਮ ਲਿਮਿਟ ਨੂੰ ਐਕਸਪਾਇਰ ਹੋਣ ਤੋਂ ਪਹਿਲੇ ਰਿਮੂਵ ਕਰਨ ਦਾ ਇੰਡੀਆ ਤੋਂ? ਦੇਖੋ, ਇਹਦੇ 'ਚ ਦੋ ਕਿਸਮ ਦੇ ਮਤਲਬ ਹੈਗੇ ਨੇ ਬੰਦੇ। ਇੱਕ ਤਾਂ ਉਹ ਨੇ ਕਿ ਜਿਹੜੇ ਆਲਰੇਡੀ ਗ੍ਰੀਨ ਕਾਰਡ ਹੋਲਡਰ ਨੇ ਅਤੇ ਇੰਡੀਆ ਗਏ ਆ, ਜਿਵੇਂ ਕੋਈ ਫਰਵਰੀ 'ਚ ਗਿਆ, ਕੋਈ ਜਨਵਰੀ 'ਚ ਗਿਆ ਉੱਥੇ ਕਿਸੇ ਕੰਮ, ਅਤੇ ਉਹ ਉੱਥੇ ਲੋਕਡਾਊਨ ਕਰਕੇ ਸਟੱਕ ਹੋ ਗਏ। ਹੁਣ ਜਿਹੜਾ ਗ੍ਰੀਨ ਕਾਰਡ ਹੋਲਡਰ ਆ ਉਹਨੂੰ 6 ਮਹੀਨੇ ਦੇ ਵਿੱਚ ਵਾਪਸ ਮੁੜਨਾ ਪੈਂਦਾ, ਅਤੇ ਜੇ ਉਹ ਵਿਦਇਨ 6 ਮੰਥਸ ਨਹੀਂ ਆ ਸਕਦਾ ਤਾਂ ਉਹਦੇ ਕੋਈ ਵੈਲਿਡ ਰੀਜ਼ਨ ਚਾਹੀਦਾ ਕਿ ਵੀ ਜਾਂ ਉਹਦੀ ਸਿਹਤ ਠੀਕ ਨਹੀਂ ਸੀ, ਜਾਂ ਉਹਨੂੰ ਜਿਹੜੀ ਫਲਾਈਟ ਨਹੀਂ ਮਿਲੀ, ਜਾਂ ਪਾਸਪੋਰਟ ਐਕਸਪਾਇਰ ਹੋ ਗਿਆ ਇੱਦਾਂ ਦਾ। ਤਾਂ ਹੁਣ ਜੇ ਇਹਨਾਂ ਕੋਲ ਟਿਕਟਾਂ ਹੈਗੀਆਂ, ਜਿਵੇਂ ਕਿਸੇ ਬੰਦਾ ਕੋਈ ਮਤਲਬ ਫਰਵਰੀ ਜਾਂ ਜਨਵਰੀ 'ਚ ਗਿਆ, ਉਹਦੇ ਕੋਲ ਅਪ੍ਰੈਲ ਜਾਂ ਮਈ ਦੀ ਟਿਕਟ ਸੀ ਵਾਪਸ ਆਉਣ ਦੀ, ਰਿਟਰਨ ਟਿਕਟ ਲੈ ਕੇ ਗਿਆ, ਤਾਂ ਉਹ ਮਤਲਬ ਜਿਹੜਾ ਪ੍ਰੂਵ ਕਰ ਸਕਦਾ ਕਿ ਮੈਂ ਤਾਂ ਆਉਣਾ ਸੀ ਪਰ ਮੈਨੂੰ ਲੋਕਡਾਊਨ ਕਰਕੇ ਨਹੀਂ ਆ ਸਕਿਆ, ਤਾਂ ਉਹਨੂੰ ਤਾਂ ਕੋਈ ਪ੍ਰੋਬਲਮ ਨਹੀਂ। ਜੇ 6 ਮਹੀਨੇ ਤੋਂ ਉੱਪਰ ਵੀ ਹੋ ਜਾਣ, 8-9 ਮਹੀਨੇ ਵੀ ਹੋ ਜਾਣ, ਤਾਂ ਕੋਈ ਪ੍ਰੋਬਲਮ ਨਹੀਂ ਆਉਣ ਲੱਗੀ। ਪਲੱਸ ਇਹਨਾਂ ਲਈ ਜਿਹੜੀ US ਐਂਬਸੀ ਹੈ ਜਾਂ ਸਟੇਟ ਡਿਪਾਰਟਮੈਂਟ ਆ ਅਮਰੀਕਾ ਦਾ, ਉਹਨੇ ਵੀ ਕੀਤਾ ਹੋਇਆ ਵੀ ਜਿਹੜੇ ਗ੍ਰੀਨ ਕਾਰਡ ਹੋਲਡਰ ਜਾਂ ਸਿਟੀਜ਼ਨ ਨੇ ਉਹਨਾਂ ਨੂੰ ਉੱਥੇ ਜਿਹੜੇ ਸਟੱਕ ਹੋਏ ਆ ਆਉਣਾ ਚਾਹੁੰਦੇ ਇੱਥੇ, ਉਹਨਾਂ ਨੂੰ ਉਹ ਫਲਾਈ ਕਰਾ ਰਹੇ ਆ, ਉਹਨਾਂ ਨੂੰ ਉਹ ਅੱਡ ਅੱਡ ਜਿਹੜੀਆਂ ਏਅਰਲਾਈਨਸ ਦੇ ਰਾਹੀਂ ਇੱਥੇ ਭਿਜਵਾ ਰਹੇ ਆ। ਜੇ ਉਹਨਾਂ ਨਾਲ ਕੋਂਟੈਕਟ ਕਰਨ ਅੰਬੈਸੀ ਨਾਲ ਜਾਂ ਸਟੇਟ ਡਿਪਾਰਟਮੈਂਟ ਦੇ ਨਾਲ, ਉਹਨਾਂ ਦੀ ਵੈਬਸਾਈਟ 'ਤੇ ਜਾ ਕੇ ਉਹਨਾਂ ਦਾ ਨੰਬਰ ਹੈਗਾ ਇੱਕ, ਉੱਥੇ ਕੋਂਟੈਕਟ ਕਰਨ, ਤਾਂ ਉਹ ਗ੍ਰੀਨ ਕਾਰਡ ਹੋਲਡਰ ਜਾਂ ਸਿਟੀਜ਼ਨ ਨੂੰ ਇੱਥੇ ਲਿਆਉਣ 'ਚ ਹੈਲਪ ਕਰ ਸਕਦੇ ਆ ਲੋਕਡਾਊਨ ਖੁੱਲ੍ਹਣ ਦੇ ਤੋਂ ਪਹਿਲਾਂ ਵੀ। ਅਤੇ ਜੇ ਇਹ 'ਚ ਪ੍ਰੋਬਲਮ ਇੱਕ ਆ ਵੀ ਜੇ ਸਾਲ ਪੂਰਾ ਹੋਣ ਵਾਲਾ, ਜਿਵੇਂ ਕਈ ਗਏ ਆ ਉਹਨਾਂ ਨੂੰ ਸਾਲ ਹੀ ਹੋ ਚੱਲਿਆ ਉੱਥੇ ਗਿਆ ਨੂੰ, ਤਾਂ ਉਹਨਾਂ ਨੇ ਪਰਮਿਸ਼ਨ ਨਹੀਂ ਲਈ ਕੋਈ ਜਾਣ ਦੀ ਵੀ ਇੱਥੋਂ ਆਪਣਾ ਜਿਹੜੀ 2 ਸਾਲ ਦਾ ਰਹੀ ਐਂਟਰੀ ਪਰਮਿਟ ਆ ਉਹ ਨਹੀਂ ਲਿਆ, ਉਹਨਾਂ ਦੀ ਜਿਹੜੀ ਪ੍ਰੋਬਲਮ ਵੱਡੀ ਆ। ਉਹਨਾਂ ਨੂੰ ਫਿਰ ਜੇ ਸਾਲ ਪੂਰਾ ਹੋ ਗਿਆ ਤਾਂ ਅੰਬੈਸੀ ਨਾਲ ਹੀ ਕੋਂਟੈਕਟ ਕਰਨਾ ਪਏਗਾ, ਕਿਉਂਕਿ ਜਿਹੜੀ ਅੰਬੈਸੀ ਹੈਗੀ ਆ ਦਿੱਲੀ ਜਾਂ ਮੁੰਬਈ, ਉਹ ਉਹਨਾਂ ਨੂੰ ਐਂਟਰੀ ਪਰਮਿਟ ਦੇ ਸਕਦੀ ਹੈ ਵੀ ਤੁਸੀਂ ਇੱਕ ਵਾਰ ਐਂਟਰ ਕਰ ਜਾਓ, ਅਤੇ ਉਹਨਾਂ ਕੋਲ ਰਿਟਰਨ ਟਿਕਟ ਚਾਹੀਦੀ ਆ ਦਿਖਾਉਣ ਲਈ ਵੀ, ਜਾਂ ਉੱਥੋਂ ਜਾ ਕੇ ਟਿਕਟ ਲਈ ਹੋਵੇ ਕਿ ਅਸੀਂ ਜਾਣਾ ਸੀਗਾ ਪਰ ਅਸੀਂ ਮਤਲਬ ਸਟੱਕ ਹੋ ਗਏ, ਅਤੇ ਉਹਨਾਂ ਨੂੰ ਤਾਂ ਜ਼ਰੂਰ ਜਿਹੜਾ ਹੈਗਾ ਉਹ ਕੋਂਟੈਕਟ ਕਰਨਾ ਪਏਗਾ ਉਹਨਾਂ ਦੇ ਨਾਲ। ਅਤੇ ਤੀਸਰੇ ਉਹ ਬੰਦੇ ਨੇ ਜਿਨ੍ਹਾਂ ਦੀਆਂ ਕਿ ਉੱਥੇ ਮਤਲਬ ਜਿਵੇਂ ਕਿਸੇ ਨੇ ਅਪਲਾਈ ਕੀਤਾ ਆਪਣੀ ਵਾਈਫ ਦਾ ਜਾਂ ਆਪਣੇ ਭੈਣ ਭਰਾ ਦਾ, ਅਤੇ ਉਹਨਾਂ ਨੂੰ ਗ੍ਰੀਨ ਕਾਰਡ ਮਿਲਣੇ ਆ, ਜਿਵੇਂ ਕਹਿ ਲਓ ਵੀ ਇਮੀਗ੍ਰੈਂਟ ਪਟੀਸ਼ਨ 'ਤੇ ਉਹਨੇ ਆਉਣਾ ਇੱਥੇ ਬੰਦੇ ਨੇ ਇਮੀਗ੍ਰੈਂਟ ਵੀਜ਼ੇ 'ਤੇ, ਉਹਨਾਂ ਦੀ ਜੇ ਤਾਂ ਅਜੇ ਇੰਟਰਵਿਊ ਨਹੀਂ ਆਈ ਵੀ ਇੰਟਰਵਿਊ ਆਉਣੀ ਸੀਗੀ ਤਾਂ ਪੋਸਟਪੋਨ ਹੋ ਗਈ, ਜਾਂ ਇੰਟਰਵਿਊ ਆਈ ਅਪ੍ਰੈਲ ਦੇ ਵਿੱਚ ਤਾਂ ਲੋਕਡਾਊਨ ਕਰਕੇ ਉਹ ਇੰਟਰਵਿਊ ਨਹੀਂ ਹੋਈ, ਉਹ ਜਿਹੜੀਆਂ ਕੈਟੇਗਰੀਜ਼ ਨੇ ਉਹਨਾਂ 'ਤੇ ਮੋਸਟ ਲਾਈਕਲੀ ਜਿਹੜਾ ਇਹ ਬੈਨ ਆ ਇਹ ਲੱਗੇਗਾ। ਅਤੇ ਜਦੋਂ ਵੀ ਲੋਕਡਾਊਨ ਖੁੱਲ੍ਹਿਆ ਇਹ ਮਤਲਬ ਪੂਰੀ ਸੰਭਾਵਨਾ ਵੀ ਜਿਵੇਂ ਹੁਣ ਇਹਨਾਂ ਨੇ ਹੁਣ ਜਿਹਨੂੰ ਵਧਾ ਤਾ ਦਸੰਬਰ ਤੱਕ, ਤਾਂ ਦਸੰਬਰ ਤੱਕ ਇੰਟਰਵਿਊ ਉਹਨਾਂ ਦੀ ਨਹੀਂ ਹੋਏਗੀ। ਪਰ ਇਹਨਾਂ ਵਿੱਚੋਂ ਜਿਨ੍ਹਾਂ ਨੂੰ ਵੀਜ਼ਾ ਲੱਗ ਚੁੱਕਿਆ, ਜਿਵੇਂ ਕਿ ਇੱਦਾਂ ਦੇ ਬੰਦੇ ਵੀ ਹੈਗੇ ਇਹਨਾਂ ਦੀ ਇੰਟਰਵਿਊ ਫਰਵਰੀ 'ਚ ਹੋ ਗਈ, ਵੀਜ਼ਾ ਲੱਗ ਗਿਆ, ਅਤੇ ਉਹਨਾਂ ਨੇ ਕਿਹਾ ਤੁਸੀਂ ਜਾ ਸਕਦੇ ਹੋ, ਅਤੇ ਉਹਨਾਂ ਨੇ ਕਿਹਾ ਚਲੋ ਬੱਚਿਆਂ ਦੇ ਇਗਜ਼ਾਮ ਹੈਗੇ ਆ ਮਾਰਚ ਜਾਂ ਅਪ੍ਰੈਲ 'ਚ, ਅਤੇ ਇਗਜ਼ਾਮ ਤੋਂ ਬਾਅਦ ਚੱਲ ਜਾਂਗੇ, ਠੀਕ ਹੈ ਨਾ। ਅਤੇ ਉਹ ਫਿਰ ਵੇਟ ਕਰਨ ਲੱਗ ਗਏ ਤਾਂ ਉੱਧਰੋਂ ਹੋ ਗਿਆ ਲੋਕਡਾਊਨ, ਅਤੇ ਉਹਨਾਂ ਨੂੰ ਜਿੰਨੀ ਉਹ ਟਾਈਮ ਦਿੱਤਾ, ਕਿਉਂਕਿ ਆਮ ਤੌਰ 'ਤੇ 4 ਮਹੀਨੇ ਦਾ ਟਾਈਮ ਹੁੰਦਾ, ਜੇ ਤਾਂ ਉਹਦੇ ਵਿੱਚ ਉਹ ਮਤਲਬ ਆ ਗਏ ਜਾਂ ਆ ਜਾਣ ਫਿਰ ਤਾਂ ਬੈਟਰ ਆ, ਜੇ ਨਹੀਂ ਆਏ ਤਾਂ ਉਹਨਾਂ ਨੂੰ ਵੀ ਅੰਬੈਸੀ ਨਾਲ ਕੋਂਟੈਕਟ ਕਰਨਾ ਪਏਗਾ ਮੁੰਬਈ 'ਚ, ਅਤੇ ਉਹ ਅੰਬੈਸੀ ਵਾਲੇ ਜਿਹੜਾ ਸਾਰਾ ਉਹਨਾਂ ਦਾ ਪੇਪਰ ਵਰਕ ਦੁਆਰਾ ਮੰਗ ਸਕਦੇ ਆ, ਜਿਵੇਂ ਜਿਹੜੀਆਂ ਪੁਲਿਸ ਰਿਪੋਰਟਾਂ ਆਉਂਦੀਆਂ ਜਾਂ ਮੈਡੀਕਲ ਦੁਆਰਾ ਹੋ ਸਕਦਾ, ਫਿੰਗਰ ਪ੍ਰਿੰਟਿੰਗ ਦੁਆਰਾ ਹੋ ਸਕਦੀ ਆ, ਅਤੇ ਉਹ ਸਾਰਾ ਕੁਝ
जी मतलब बेसिकली उन्होंने अगर वो उस 4 महीने जो टाइम लिमिट है उन्होंने एक्सीड कर दे वो पूरा प्रोसेस फिर करना पैना है। जसप्रीत जी मैं इतने ये भी पूछना चाहती हाँ कि ये जो नवा बैन अनाउंस किया ट्रंप एडमिनिस्ट्रेशन ने तुसी दस रहे हो सानू दिसंबर तक उन्होंने दसिया है जो ये वख वख वीज़ाज़ हैं H1B L1 ते होर जो वीज़ा स्टूडेंट वीज़ा तुसी मेंशन किए ਤੁਹਾਨੂੰ ਕੀ ਲੱਗਦਾ ਹੈ ਕਿ ਇਹ ਡਿਸੰਬਰ ਵਿੱਚ ਇਹਨਾਂ ਨੇ ਇਸ ਬੈਨ ਨੂੰ ਰਿਵਰਸ ਕਰ ਦੇਣਾ ਹੈ ਜਾਂ ਕੋਈ ਇਸ ਤਰ੍ਹਾਂ ਦੀ ਵੀ ਉਮੀਦ ਹੈ ਕਿ ਇਹ ਹੋਰ ਵੀ ਐਕਸਟੈਂਡ ਹੋਰ ਅੱਗੇ ਉਸ ਤੋਂ ਹੋ ਸਕਦਾ ਹੈ? ਇਹ ਤਾਂ ਇਲੈਕਸ਼ਨ ਤੇ ਡਿਪੈਂਡ ਕਰੇਗਾ ਜੀ। ਜੇ ਤਾਂ ਜਿਹੜੀ ਕਿ ਦਸੰਬਰ ਤੱਕ ਇੱਕ ਤਾਂ ਇਹ ਕਰ ਹੀ ਰਹੇ ਨੇ ਤੇ ਦਸੰਬਰ ਤੋਂ ਬਾਅਦ ਹੁਣ ਜਿਹੜੀ ਨਵੰਬਰ 'ਚ ਇਲੈਕਸ਼ਨ ਹੋਣੀ ਹੈ ਇੱਥੇ ਜਿਹੜੇ ਨਵੰਬਰ ਦੇ ਫਸਟ ਵੀਕ ਦੇ ਵਿੱਚ ਜੇ ਉਹਦੇ ਵਿੱਚ ਪ੍ਰੈਜ਼ੀਡੈਂਟ ਟਰੰਪ ਜਿੱਤਦੇ ਆ ਦੁਬਾਰਾ ਤਾਂ ਫਿਰ ਇਹ ਬੈਨ ਐਕਸਟੈਂਡ ਹੋਣ ਦੀ ਉਮੀਦ ਪੂਰੀ ਆ ਵੀ ਦਸੰਬਰ ਤੋਂ ਜ਼ਿਆਦਾ ਹੋਰ 6 ਮਹੀਨੇ ਕਰ ਦੇਣ ਅਗਲੇ ਸਾਲ ਤੱਕ। ਤੇ ਜੇ ਪ੍ਰੈਜ਼ੀਡੈਂਟ ਟਰੰਪ ਇਹਦੇ 'ਚ ਨਹੀਂ ਜਿੱਤਦੇ ਤੇ ਫਿਰ ਇਹ ਜਿਹੜਾ ਬੈਨ ਹੈਗਾ ਇਹਨੂੰ ਜਿਹੜੀ ਅਗਲੀ ਐਡਮਿਨਿਸਟ੍ਰੇਸ਼ਨ ਆ ਉਹ ਹੋ ਸਕਦਾ ਨਾ ਅੱਗੇ ਐਕਸਟੈਂਡ ਕਰੇ ਤੇ ਇਸ ਕਰਕੇ ਇਹ ਸਾਰਾ ਇਲੈਕਸ਼ਨ ਤੇ ਡਿਪੈਂਡ ਕਰੇਗਾ ਕਿਉਂਕਿ ਦਸੰਬਰ ਤੱਕ ਤਾਂ ਹੈਗੇ ਹੀ ਨੇ। ਜੇ ਨਵੰਬਰ 'ਚ ਇਲੈਕਸ਼ਨ ਹੋ ਜਾਂਦੀ ਆ ਜਿਹੜਾ ਨਵਾਂ ਪ੍ਰੈਜ਼ੀਡੈਂਟ ਹੁੰਦਾ ਚਾਹੇ ਇਹੀ ਜਿੱਤਣ ਦੁਬਾਰਾ ਇਹਨਾਂ ਨੇ ਜਿਹੜੀ ਸਹੁੰ ਚੱਕਣੀ ਹੈ ਜਨਵਰੀ 'ਚ ਚੱਕਣੀ ਹੈ। ਸੋ ਦਸੰਬਰ ਤੱਕ ਤਾਂ ਇਹ ਜਿਹੜੀ ਐਡਮਿਨਿਸਟ੍ਰੇਸ਼ਨ ਹੈ ਹੀ ਆ ਲੇਕਿਨ ਉਸ ਤੋਂ ਬਾਅਦ ਡਿਪੈਂਡ ਕਰੇਗਾ ਕਿ ਜਿਹੜੀ ਅਗਲੀ ਐਡਮਿਨਿਸਟ੍ਰੇਸ਼ਨ ਕਿਹੜੀ ਆਉਂਦੀ ਆ ਤੇ ਇਹ ਵੀ ਹੋ ਸਕਦਾ ਜੇ ਇਹ ਬਣ ਕੇ ਪ੍ਰੈਜ਼ੀਡੈਂਟ ਦੁਬਾਰਾ ਤਾਂ ਇਹੀ ਰਿਲੈਕਸ ਹੋ ਜਾਣ ਕਿਉਂਕਿ ਇਹ ਹਿਸਟਰੀ ਆ ਅਮਰੀਕਾ ਦੇ ਵਿੱਚ ਵੀ ਜਿਹੜੇ ਸੈਕੰਡ ਟਰਮ ਦੇ ਵਿੱਚ ਪ੍ਰੈਜ਼ੀਡੈਂਟ ਹੁੰਦੇ ਆ ਉਹ ਆਮ ਤੌਰ ਤੇ ਇਮੀਗ੍ਰੇਸ਼ਨ ਦੇ ਕਾਫੀ ਫੇਵਰ 'ਚ ਹੋ ਜਾਂਦੇ ਆ ਜੋ ਕਿ ਪਹਿਲੀ ਟਰਮ 'ਚ ਨਹੀਂ ਹੁੰਦੇ। ਸਾਡੇ ਕੋਲ ਮਿਸਾਲ ਹੈਗੀ ਪ੍ਰੈਜ਼ੀਡੈਂਟ ਓਬਾਮਾ ਦੀ, ਉਹਨਾਂ ਨੇ ਪਹਿਲੀ ਟਰਮ ਦੇ ਵਿੱਚ ਬਹੁਤ ਜ਼ਿਆਦਾ ਬੰਦੇ ਡਿਪੋਰਟ ਕੀਤੇ, ਇਮੀਗ੍ਰੇਸ਼ਨ ਲਈ ਕੁਛ ਨਹੀਂ ਕੀਤਾ, ਹੈਲਥ ਕੇਅਰ ਦਾ ਉਹਨਾਂ ਨੇ ਜਿਹੜਾ ਸੀਗਾ ਉਹ ਐਕਟ ਬਣਾਇਆ ਪਰ ਜੋ ਉਹਨਾਂ ਕੋਲ ਮੈਜੋਰਟੀ ਸੀਗੀ ਇਮੀਗ੍ਰੇਸ਼ਨ ਦਾ ਉਹਨਾਂ ਨੇ ਕੋਈ ਵੀ ਜਿਹੜਾ ਸੀ ਉਹ ਜਿਹੜਾ ਰਿਫਾਰਮ ਨਹੀਂ ਕੀਤਾ। ਲੇਕਿਨ ਜਿਹੜੀ ਸੈਕਿੰਡ ਟਰਮ ਸੀਗੀ ਉਹਦੇ ਵਿੱਚ ਉਹ ਸਡਨਲੀ ਇਮੀਗ੍ਰੇਸ਼ਨ ਦੇ ਫੇਵਰ 'ਚ ਹੋ ਗਏ ਤੇ ਉਹਨਾਂ ਨੇ ਕੋਸ਼ਿਸ਼ ਕੀਤੀ ਡਾਕਾ ਦਾ ਜਿਹੜਾ ਆਰਡਰ ਹੈਗਾ ਮਤਲਬ ਇਹ ਵੀ ਉਹਨਾਂ ਨੇ ਕੀਤਾ। ਉਦੋਂ ਬਾਅਦ ਜਿਹੜੇ ਵਰਕ ਪਰਮਿਟ ਇਹਨਾਂ ਨੇ ਕਿਹਾ ਸਾਰਿਆਂ ਨੂੰ ਦਿਓ ਉਹ ਵੀ ਉਹਨਾਂ ਨੇ ਸ਼ੁਰੂ ਕੀਤਾ, ਇਹ ਵੀ ਕੋਸ਼ਿਸ਼ ਕੀਤੀ ਵੀ ਜਿਹੜਾ ਕੰਪ੍ਰੀਹੈਂਸਿਵ ਇਮੀਗ੍ਰੇਸ਼ਨ ਰਿਫਾਰਮ ਹੋਵੇ ਜੀ। ਤੇ ਇਹੀ ਗੱਲ ਜਿਹੜੀ ਹੈਗੀ ਆ ਇਹ ਉਸ ਤੋਂ ਪਹਿਲਾਂ ਪ੍ਰੈਜ਼ੀਡੈਂਟ ਬੁਸ਼ ਨੇ ਕੀਤੀ ਤੇ ਸੈਕਿੰਡ ਟਰਮ ਦੇ ਵਿੱਚ ਉਹਨਾਂ ਨੇ ਵੀ ਬੜੀ ਕੋਸ਼ਿਸ਼ ਕੀਤੀ ਵੀ ਬਾਈ ਪਾਰਟੀਜ਼ਨ ਬਣ ਜਾਵੇ ਪਰ ਨਹੀਂ ਬਣ ਸਕਿਆ ਕੋਈ ਲਾਅ ਜੀ। ਇਸ ਤੋਂ ਪਹਿਲਾਂ ਪ੍ਰੈਜ਼ੀਡੈਂਟ ਰੇਗਨ ਦੀ ਮਿਸਾਲ ਹੈਗੀ ਆ ਕਿ ਰੇਗਨ ਜਿਹੜੇ ਸੀ ਉਹ ਫਸਟ ਟਰਮ ਦੇ ਵਿੱਚ ਬਹੁਤ ਸਟ੍ਰਿਕਟ ਸੀਗੇ ਪਰ ਸੈਕਿੰਡ ਟਰਮ ਦੇ ਵਿੱਚ ਉਹਨਾਂ ਨੇ ਜਿਹੜੀ ਅਮਨੈਸਟੀ ਆ ਜਿਹੜੇ ਆ 81 ਵਾਲੇ ਬੰਦੇ ਮਤਲਬ ਪੱਕੇ ਕੀਤੇ ਸੀ ਐਸ ਐਸ ਲੂਣਕ ਵਾਲੇ ਜਾਂ ਜਿਹੜੇ ਆ ਮਤਲਬ ਖੇਤਾਂ 'ਚ ਕੰਮ ਕਰਦੇ ਨੇ ਫਾਰਮਰਾਂ ਦੇ ਉਦੋਂ ਅਮਨੈਸਟੀ ਆਈ ਸੀ ਉਹ ਸਾਰੀ ਰੇਗਨ ਦੀ ਜਿਹੜੀ ਸੈਕਿੰਡ ਟਰਮ ਉਹਦੇ 'ਚ ਸੀਗੀ ਜੀ। ਸੋ ਕੋਈ ਪਤਾ ਨਹੀਂ ਇਹ ਵੀ ਹੋ ਸਕਦਾ ਵੀ ਪ੍ਰੈਜ਼ੀਡੈਂਟ ਟਰੰਪ ਹੀ ਜਿਹੜਾ ਸੈਕਿੰਡ ਟਰਮ ਦੇ ਵਿੱਚ ਲਿਬਰਲ ਹੋ ਜਾਣ ਇਮੀਗ੍ਰੇਸ਼ਨ ਦੀ ਥੋੜੀ ਹੈਲਪ ਕਰਨ ਪਰ ਜੇ ਨਾ ਜਿੱਤੇ ਤੇ ਮਤਲਬ ਬਾਈਡਨ ਜਿੱਤਦੇ ਆ ਤੇ ਉਹਨਾਂ ਦੀ ਜਿਹੜੀ ਪਾਲਿਸੀ ਆ ਇਮੀਗ੍ਰੇਸ਼ਨ ਦੀ ਉਹ ਇਹ ਨਹੀਂ ਹੋਏਗੀ, ਉਹਨਾਂ ਦੀ ਪਾਲਿਸੀ ਜਿਹੜੀ ਆ ਉਹ ਇਹਨਾਂ ਨਾਲੋਂ ਮਤਲਬ ਫਰਕ ਹੋਏਗੀ ਕਿਉਂਕਿ ਜਿਵੇਂ ਹੁਣ ਟਰੰਪ ਸਾਹਿਬ ਦੀ ਪਾਲਿਸੀ ਜਿਹੜੀ ਓਬਾਮਾ ਤੋਂ ਫਰਕ ਆ ਤੇ ਉਹ ਫਿਰ ਇੰਨਾ ਜ਼ਿਆਦਾ ਸਖਤੀ ਤਾਂ ਨਹੀਂ ਕਰਨ ਲੱਗੇ ਕਿ ਜਿਵੇਂ ਇਹਨਾਂ ਨੇ ਕੀਤੀ ਆ ਤਾਂ ਹੋ ਸਕਦਾ ਜਿਹੜੇ ਇਹਨਾਂ ਦੇ ਸਾਰੇ ਡਿਸੀਜਨਸ ਨੇ ਉਹ ਰੋਲ ਬੈਕ ਹੋ ਜਾਣ। ਸੋ ਇਹ ਹੈ ਪੋਸੀਬਿਲਿਟੀ ਜੀ ਜੀ। ਜਸਪ੍ਰੀਤ ਜੀ ਇੱਕ ਲੀਗਲ ਤੌਰ ਤੇ ਮੈਂ ਜ਼ਰੂਰ ਥੋੜੀ ਜੀ ਇਨਫੋਰਮੇਸ਼ਨ ਤੁਹਾਡੇ ਤੋਂ ਲੈਣਾ ਚਾਹੁੰਦੀ ਆ ਕਿ ਇਹ ਜੋ ਪਾਲਿਸੀਜ਼ ਹਨ ਜਿਸ ਤਰ੍ਹਾਂ ਤੁਸੀਂ ਕਹਿ ਰਹੇ ਹੋ ਮੋਸਟ ਲਾਈਕਲੀ ਕਿਸੇ ਨਾ ਕਿਸੇ ਐਗਜ਼ੀਕਿਊਟਿਵ ਆਰਡਰ ਦੇ ਤੌਰ ਤੇ ਇਹਨਾਂ ਨੇ ਇਹਨਾਂ ਨੂੰ ਰਿਲੀਜ਼ ਕਰਨਾ ਰਾਈਟ। ਸੋ ਵਿਊਅਰਸ ਦੀ ਜਾਣਕਾਰੀ ਲਈ ਇੱਕ ਐਗਜ਼ੀਕਿਊਟਿਵ ਆਰਡਰ ਦੇ ਵਿੱਚ ਕਿੰਨੀ ਕੁ ਪਾਵਰ ਹੁੰਦੀ ਹੈ ਵਰਸਿਸ ਅਗਰ ਕੋਈ ਕਾਂਗਰਸ ਵਿੱਚੋਂ ਨਿਕਲਿਆ ਹੋਇਆ ਲਾਅ ਪਾਸ ਹੋਏ ਇਸ ਸੇਮ ਚੀਜ਼ ਨੂੰ ਲੈ ਕੇ? ਨਹੀਂ, ਜਿਹੜਾ ਜਿਹੜਾ ਲਾਅ ਹੈਗਾ ਲਾਅ ਆਫ ਦਾ ਲੈਂਡ ਤਾਂ ਉਹ ਆ ਜਿਹੜਾ ਕਿ ਕਾਂਗਰਸ ਪਾਸ ਕਰਦੀ ਹੈ ਤੇ ਪ੍ਰੈਜ਼ੀਡੈਂਟ ਸਾਈਨ ਕਰਦਾ ਉਹਨੂੰ। ਸੋ ਜਿਹੜੇ ਇਹ ਸਾਰੇ ਇਮੀਗ੍ਰੇਸ਼ਨ ਦੇ ਜਿਹੜੇ ਲਾਅਸ ਨੇ ਜਿਹਦੇ ਅੰਡਰ ਕੇ ਅਸੀਂ ਜਿਹੜੇ ਸਿਟੀਜ਼ਨ ਆ ਉਹ ਆਪਣੇ ਪੇਰੈਂਟਸ ਦਾ ਅਪਲਾਈ ਕਰਦੇ ਆ, ਭੈਣ ਭਰਾ ਦਾ ਕਰਦੇ ਆ ਜਾਂ ਗ੍ਰੀਨ ਕਾਰਡ ਹੋਲਡਰ ਆਪਣੇ ਸਪਾਊਸਿਸ ਦਾ ਕਰਦੇ ਆ, ਉਹ ਤਾਂ ਲਾਅ ਬਣਿਆ ਹੋਇਆ ਕਾਂਗਰਸ ਦਾ। ਤੇ ਇਸੇ ਤਰ੍ਹਾਂ ਹੀ ਜਿਹੜੇ ਅਸਾਈਲਮ ਐਪਲੀਕੈਂਟਸ ਨੇ ਉਹਨਾਂ ਨੂੰ ਵਰਕ ਪਰਮਿਟ ਮਿਲਦੇ ਨੇ। ਤੇ ਇੱਥੇ ਮੈਂ ਇੱਕ ਚੀਜ਼ ਹੋਰ ਦੱਸ ਦਿਆਂ, ਇਹਨਾਂ ਦੀ ਇਹ ਵੀ ਇੱਕ ਹੈਗੀ ਆ ਇਹਦੇ ਵਿੱਚ ਜਿਹੜੀ ਨਵੀਂ ਕੋਸ਼ਿਸ਼ ਕਿ ਜਿਹੜੇ ਅਸਾਈਲਮ ਐਪਲੀਕੈਂਟ ਨੇ ਉਹਨਾਂ ਨੂੰ 6 ਮਹੀਨੇ ਬਾਅਦ ਹੁਣ ਵਰਕ ਪਰਮਿਟ ਮਿਲਦਾ, ਉਹਦਾ ਇਹ ਕੋਸ਼ਿਸ਼ ਕਰ ਰਹੇ ਵੀ ਟਾਈਮ ਵਧਾ ਕੇ 1 ਸਾਲ ਕਰ ਦਿੱਤਾ ਜਾਵੇ ਕਿ ਉਹਨਾਂ ਨੂੰ ਜਿਹੜਾ ਵਰਕ ਪਰਮਿਟ ਆ ਉਹ ਸਾਲ ਬਾਅਦ ਮਿਲੇ 6 ਮਹੀਨੇ ਦੀ ਬਜਾਏ। ਇਹ ਵੀ ਟਰਾਈ ਆ ਪਰ ਇਹਦੇ ਤੇ ਲੀਗਲ ਚੈਲੰਜ ਹੋਏਗਾ ਕਿਉਂਕਿ ਜਿਹੜਾ 6 ਮਹੀਨੇ ਬਾਅਦ 180 ਦਿਨ ਦਾ ਜਿਹੜਾ ਕਲੋਕ ਸਿਸਟਮ ਆ ਗਿਆ, 180 ਦਿਨ ਬਾਅਦ ਵਰਕ ਪਰਮਿਟ ਮਿਲਦਾ, ਉਹ ਜਿਹੜੀ ਇਹਨਾਂ ਦੀ ਕਾਂਗਰਸ ਆ ਉਹਦੇ ਵਿੱਚ ਲਾਅ ਬਣਿਆ ਹੋਇਆ ਤੇ ਉਹ ਜਿਹੜਾ ਲਾਅ ਹੈਗਾ ਉਦੋਂ ਪ੍ਰੈਜ਼ੀਡੈਂਟ ਕਲਿੰਟਨ ਨੇ ਸਾਈਨ ਕੀਤਾ ਸੀ ਤੇ ਇਸ ਕਰਕੇ ਉਹ ਲਾਅ ਨੂੰ ਚੇਂਜ ਕਰਨ ਵਾਸਤੇ ਲੋੜ ਆ ਵੀ ਪਹਿਲਾਂ ਹਾਊਸ ਆਫ ਰੈਪ੍ਰੈਜ਼ੈਂਟੇਟਿਵ ਪਾਸ ਹੋਵੇ ਫਿਰ ਸੈਨੇਟ 'ਚ ਹੋਵੇ ਫਿਰ ਪ੍ਰੈਜ਼ੀਡੈਂਟ ਸਾਈਨ ਕਰੇ। ਹੁਣ ਜਿਹੜਾ ਹਾਊਸ ਆ ਉਹ ਤਾਂ ਹੈਗਾ ਡੈਮੋਕ੍ਰੈਟਸ ਕੋਲ, ਸੈਨੇਟ 'ਚ ਹੈਗੇ ਆ ਰਿਪਬਲਿਕਨ ਮੈਜੋਰਟੀ ਤੇ ਉਹ ਆਪਸ 'ਚ ਜਿਹੜੀ ਸਹਿਮਤੀ ਨਹੀਂ ਹੁੰਦੀ। ਸੋ ਇਸ ਕਰਕੇ ਜਿਹੜਾ ਐਗਜ਼ੈਕਟਿਵ ਆਰਡਰ ਹੈ ਬੇਸਿਕਲੀ ਇਹ ਕਿਸੇ ਲਾਅ ਨੂੰ ਚੇਂਜ ਨਹੀਂ ਕਰ ਸਕਦਾ, ਇਹ ਤਾਂ ਇੱਕ ਇਨਫੋਰਸਮੈਂਟ ਦੀ ਮਤਲਬ ਪੁਆਇੰਟ ਆਫ ਵਿਊ ਨਾਲ ਕਰਦੇ ਆ ਕਿ ਆਹ ਲਾਅ ਬਣਿਆ ਤੇ ਸਾਡੀ ਡਿਊਟੀ, ਕਿਉਂਕਿ ਜਿਹੜਾ ਐਗਜ਼ੈਕਟਿਵ ਆ ਉਹਦੀ ਡਿਊਟੀ ਹੈਗੀ ਇਨਫੋਰਸ ਕਰਨਾ ਲਾਅ ਨੂੰ, ਲਾਅ ਬਣਾਉਣਾ ਡਿਊਟੀ ਹੈਗੀ ਕਾਂਗਰਸ ਦੀ।
ਤੇ ਉਹ ਇਹ ਕਹਿੰਦੇ ਆ ਕਿ ਦੇਖੋ ਜੀ ਹਾਲਾਤ ਇਦਾਂ ਦੇ ਆ ਹੁਣ ਕਿ ਇੱਥੇ ਮਤਲਬ ਐਮਰਜੈਂਸੀ ਵਾਲੇ ਹਾਲਾਤ ਆ, ਇੰਨੇ ਲੋਕੀ ਜਿਹੜੇ ਹੈਗੇ ਜੌਬਾਂ ਤੋਂ ਬਾਹਰ ਹੋ ਗਏ, ਅਨਇੰਪਲੋਇਮੈਂਟ ਹੋ ਗਈ ਲੋਕਾਂ 'ਚ, ਤੇ ਬਹੁਤ ਜ਼ਿਆਦਾ ਜਿਹੜੇ ਅਮੈਰੀਕਨਸ ਨੇ ਉਹ ਸਫ਼ਰ ਕਰ ਰਹੇ ਆ, ਤੇ ਇਹਦੇ ਕਰਕੇ ਅਸੀਂ ਜੋ ਵੀ ਉਹਨਾਂ ਦੀ ਹੈਲਪ ਕਰ ਸਕਦੇ ਹਾਂ ਉਸ ਹਾਲਾਤ ਦੇ ਵਿੱਚ ਅਸੀਂ ਚਾਹੁੰਦੇ ਹਾਂ ਵੀ ਇਹ ਜਿਹੜਾ ਲਾਅ ਹੈ ਇਹਨੂੰ ਅਸੀਂ ਇਸ ਤਰ੍ਹਾਂ ਇੰਪਲੀਮੈਂਟ ਕਰਾਂਗੇ, ਠੀਕ ਹੈ ਨਾ। ਉਹ ਇੱਦਾਂ ਆਪਣਾ ਦੇਖਦੇ ਆ, ਪਰ ਕੋਟਾ ਉਹਨੂੰ ਸਟਾਪ ਕਰਦੀਆਂ ਨੇ ਕਿਉਂਕਿ ਜਿਹੜਾ ਇਹਨਾਂ ਨੇ ਇਹਨਾਂ ਦਾ ਸਾਰਾ ਜਿਹੜਾ ਹੁਣ ਤੱਕ ਮਤਲਬ ਕ੍ਰਿਟਿਸਿਜ਼ਮ ਹੈਗਾ ਡਾਕਾ ਦਾ, ਉਹ ਇਹ ਆ ਕਿ ਜਿਹੜਾ ਡਾਕਾ ਸੀਗਾ ਉਹ ਪ੍ਰੈਜ਼ੀਡੈਂਟ ਓਬਾਮਾ ਨੇ ਆਪਣੇ ਤੌਰ ਤੇ ਕਿ ਐਗਜ਼ੈਕਟਿਵ ਆਰਡਰ ਦੇ ਨਾਲ ਜਾਂ ਰੂਲ ਬਣਾ ਕੇ ਕਰਤਾ ਸੀ ਤੇ ਉਹ ਕਾਂਗਰਸ ਵਿੱਚੋਂ ਪਾਸ ਨਹੀਂ ਸੀ ਹੋਇਆ, ਤੇ ਕਿਉਂਕਿ ਕਾਂਗਰਸ 'ਚੋਂ ਪਾਸ ਨਹੀਂ ਹੋਇਆ, ਇਹ ਜਿਹੜੇ ਸਾਰੀ ਰਿਪਬਲਿਕਨ ਜਿਹੜੀ ਮੈਜੋਰਟੀ ਸੀ ਉਹ ਇਹੀ ਕਹਿੰਦੀ ਰਹੀ ਆ ਕਿ ਇਹ ਪ੍ਰੈਜ਼ੀਡੈਂਟ ਨਹੀਂ ਕਰ ਸਕਦਾ, ਵੀ ਅਸੀਂ ਤਾਂ ਪਾਸ ਹੀ ਨਹੀਂ ਕੀਤਾ ਇਹ ਕਿਉਂਕਿ ਉਹ ਨਹੀਂ, ਕਿਉਂਕਿ ਉਸ ਟਾਈਮ ਤੇ ਹਾਊਸ ਤੇ ਜਿਹੜੇ ਸੀਗਾ ਸੈਨੇਟ 'ਚ ਰਿਪਬਲਿਕਨ ਸੀਗੇ। ਤੇ ਉਹ ਫਿਰ ਜਿਹੜਾ ਸੀਗਾ ਜਿਹੜਾ ਚੈਲੰਜ ਹੋਇਆ ਕੋਰਟਾਂ 'ਚ ਉਹ ਵੀ ਹੋਇਆ ਕਿ ਪ੍ਰੈਜ਼ੀਡੈਂਟ ਕੋਲ ਕੋਈ ਪਾਵਰ ਨਹੀਂ ਹੈਗੀ ਕਿ ਐਵੇਂ ਐਗਜ਼ੈਕਟਿਵ ਆਰਡਰ ਜਾਰੀ ਕਰੀ ਜਾਂਦਾ। ਤੇ ਉਹੀ ਗੱਲ ਹੁਣ ਹੋ ਰਹੀ ਵੀ ਆ ਸੇਮ ਕਿ ਜਿਹੜੇ ਉਦੋਂ ਓਬਾਮੇ ਨੇ ਜਿਹੜੇ ਐਗਜ਼ੈਕਟਿਵ ਆਰਡਰ ਕੀਤੇ ਉਹਦਾ ਇਹਨਾਂ ਨੇ ਕਿਹਾ ਵੀ ਗਲਤ ਨੇ, ਵੀ ਜਿਹੜਾ ਹੈਗਾ ਪ੍ਰੈਜ਼ੀਡੈਂਟ ਜਿਹੜਾ ਹੈਗਾ ਲੈਜਿਸਲੇਟ ਨਹੀਂ ਕਰ ਸਕਦਾ, ਠੀਕ ਹੈ ਜੀ। ਉਹ ਤਾਂ ਸਿਰਫ ਜਿਹੜੀ ਇਹਨਾਂ ਦੀ ਮਤਲਬ ਕਾਂਗਰਸ ਆ ਉਹੀ ਕਰ ਸਕਦੀ ਆ, ਲੇਕਿਨ ਜਦੋਂ ਹੁਣ ਜਿਹੜਾ ਪ੍ਰੈਜ਼ੀਡੈਂਟ ਐਗਜ਼ੈਕਟਿਵ ਆਰਡਰ ਕਰਕੇ ਲਾ ਹੀ ਬਦਲ ਦਿੰਦਾ ਜਾਂ ਲਾ ਬਣਾ ਦਿੰਦਾ ਉਹ ਠੀਕ ਨਹੀਂ ਹੈਗਾ, ਉਹਦਾ ਕੋਰਟਾਂ ਚੈਲੰਜ ਹੁੰਦਾ। ਹੁਣ ਇਹਦਾ ਵੀ ਜਿਹੜੀਆਂ ਹੈਗੀਆਂ ਅੱਡ ਅੱਡ ਕੋਰਟਾਂ ਦੇ ਵਿੱਚ ਚੈਲੰਜ ਹੋਏਗਾ, ਇਸੇ ਗਰਾਊਂਡ ਤੇ ਹੋਏਗਾ ਕਿ ਜਿਹੜਾ ਪ੍ਰੈਜ਼ੀਡੈਂਟ ਆ ਉਹਦੇ ਕੋਲੇ ਕਾਂਗਰਸ ਦੀ ਜਿਹੜੀ ਵਿਲ ਹੈਗੀ ਆ ਜਾਂ ਜਿਹੜਾ ਲਾਅ ਬਣਾਇਆ ਕਾਂਗਰਸ ਨੇ ਉਹਨੂੰ ਓਵਰਰਾਈਡ ਕਰਨ ਦੀ ਪਾਵਰ ਨਹੀਂ ਹੈਗੀ, ਨਾ ਉਹਦੇ ਕੋਲ ਆ ਨਾ ਕਿਸੇ ਕੋਰਟ ਕੋਲ ਆ। ਜਿਹੜੀ ਕੋਰਟ ਆ ਉਹ ਵੀ ਜਿਹੜੀ ਸੁਪਰੀਮ ਕੋਰਟ ਆ ਉਹ ਵੀ ਇੰਟਰਪ੍ਰੈਟ ਕਰਦੀ ਆ ਉਹਨੂੰ, ਜਿਹੜਾ ਲਾਅ ਆ ਲਾਅ ਨੂੰ ਚੇਂਜ ਨਹੀਂ ਕਰ ਸਕਦੇ, ਇਹ ਨਹੀਂ ਕਹਿ ਸਕਦੇ ਕਿ ਲਾਅ ਹੀ ਗਲਤ ਆ ਜੀ। ਉਹ ਜਿਹੜਾ ਜਿਹੜਾ ਲਾਅ ਆ ਉਹਨੂੰ ਕਾਂਗਰਸ ਹੀ ਚੇਂਜ ਕਰ ਸਕਦੀ ਆ ਵੀ ਪਹਿਲਾਂ ਹਾਊਸ ਕਰੇ ਸੈਨੇਟ ਕਰੇ ਫਿਰ ਪ੍ਰੈਜ਼ੀਡੈਂਟ ਸਾਈਨ ਕਰੇ, ਲੇਕਿਨ ਜਿਹੜਾ ਐਗਜ਼ੈਕਟਿਵ ਆ ਜਿਵੇਂ ਪ੍ਰੈਜ਼ੀਡੈਂਟ ਹੋ ਗਿਆ ਜਾਂ ਉਹਦੀ ਸਾਰੀ ਐਡਮਿਨਿਸਟ੍ਰੇਸ਼ਨ ਜਿਹੜੀ ਡਿਪਾਰਟਮੈਂਟ ਨੇ ਉਹ ਤਾਂ ਉਹਨੂੰ ਇਨਫੋਰਸ ਕਰ ਸਕਦੇ ਆ, ਪਰ ਜੇ ਉਹ ਉਹਤੇ ਜਿਹੜੇ ਹੈਗੇ ਆ ਉਹ ਲਾਅ ਦਾ ਜਿਹੜਾ ਕੁਛ ਹੋਰ ਕਹਿ ਰਿਹਾ ਇਹ ਕੁਛ ਹੋਰ ਹੀ ਕਰੀ ਜਾਂਦੇ ਆ, ਤਾਂ ਉਹਦੇ ਉੱਤੇ ਕੋਰਟ ਦੇ ਵਿੱਚ ਇਹ ਜਿਹੜਾ ਹੈਗਾ ਚੈਲੰਜ ਹੋਏਗਾ, ਤੇ ਕੋਰਟਾਂ ਜਿਹੜੀਆਂ ਨੇ ਉਹ ਇਹਨੂੰ ਜਿਹੜਾ ਸਟਾਪ ਕਰ ਸਕਦੀਆਂ ਨੇ ਇਹਨਾਂ ਦੇ ਜਿਹੜਾ ਹੈਗਾ ਮਤਲਬ ਐਗਜ਼ੈਕਟਿਵ ਆਰਡਰ ਨੂੰ। ਅੱਗੇ ਵੀ ਬਹੁਤ ਵਾਰੀ ਕੋਰਟਾਂ ਨੇ ਕੀਤਾ, ਜਿਵੇਂ ਆ ਡਾਕਾ ਵਾਲਾ ਵੀ ਕੋਰਟਾਂ ਨੇ ਕੀਤਾ ਸਟਾਪ, ਰਿਪੀਟ ਵੇਖ ਸਕਦੇ ਹੋ 12:30 ਈਸਟਰਨ ਟਾਈਮ ਸ਼ਾਮ ਨੂੰ ਤੇ 9:30 ਪੈਸੀਫਿਕ ਟਾਈਮ ਅੱਜ ਸ਼ਾਮ ਨੂੰ ਤੁਸੀਂ ਵੇਖ ਸਕਦੇ ਹੋ ਪ੍ਰੋਗਰਾਮ ਤੇ ਫੇਸਬੁੱਕ ਤੇ ਯੂਟਿਊਬ ਤੇ ਵੀ ਅਵੇਲੇਬਲ ਹੋਏਗਾ। ਜਸਪ੍ਰੀਤ ਜੀ, ਸਮਾਂ ਸਾਡੇ ਕੋਲ ਜ਼ਿਆਦਾ ਨਹੀਂ ਰਹਿ ਗਿਆ ਤੇ ਇੱਥੇ ਆਪਾਂ ਰੈਪ ਅਪ ਕਰਦੇ ਅੱਜ ਦਾ ਐਪੀਸੋਡ। ਮੈਂ ਜਾਣਿਆ ਨੇ ਲੋਕਾਂ ਨੂੰ ਇਹ ਵੀ ਦੱਸਣਾ ਚਾਹੁੰਦੀ ਹਾਂ ਕਿ ਤੁਹਾਡੀ ਸਾਰੀ ਕੰਟੈਕਟ ਇਨਫੋਰਮੇਸ਼ਨ ਸਕਰੀਨ ਤੇ ਲਿਖੀ ਹੋਈ ਹੈ, ਤੁਹਾਨੂੰ ਡਾਇਰੈਕਟਲੀ ਕੰਟੈਕਟ ਕਰ ਸਕਦੇ ਹੈ ਤੇ ਤੁਹਾਡੇ ਆਫਿਸਿਸ ਬੋਥ ਨਿਊਯਾਰਕ ਐਂਡ ਕੈਲੀਫੋਰਨੀਆ ਵਿੱਚ ਕਲਾਇੰਟਸ ਨੂੰ ਸਰਵ ਕਰਦੇ ਹੈ ਇਮੀਗ੍ਰੇਸ਼ਨ ਵਿੱਚ ਤੇ ਵੱਖ ਵੱਖ ਲੀਗਲ ਮੈਟਰਸ ਦੇ ਲਈ। ਜਸਪ੍ਰੀਤ ਜੀ, ਇਸੇ ਤਰ੍ਹਾਂ ਮਿਲਾਂਗੇ ਅਗਲੇ ਹਫਤੇ ਤੁਹਾਡੇ ਨਾਲ। ਸਟੇ ਸੇਫ ਐਂਡ ਮੈਂ ਬਾਕੀ ਦਰਸ਼ਕਾਂ ਨੂੰ ਕਹਿਣਾ ਚਾਹੁੰਦੀ ਹਾਂ ਤੁਹਾਡੇ ਕੋਈ ਵੀ ਸਵਾਲ ਸਾਡੇ ਲਈ ਲੀਗਲ ਮਸਲਿਆਂ ਨੂੰ ਲੈ ਕੇ ਤੁਸੀਂ ਸਾਨੂੰ ਵੀ ਲਿਖ ਸਕਦੇ ਹੋ info@justbroadcasting.com, ashmita@justbroadcasting.com। ਹੁਣ ਮੈਨੂੰ ਦਿਓ ਇਜਾਜ਼ਤ, ਸਤਿ ਸ਼੍ਰੀ ਅਕਾਲ।